ਤੇਰੇ ਦੁੱਧ ਬਿਨ ਜੋ ਤਨ ਪਾਵੇ ਸੋਈ ਚੰਗਾ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸ ਇੱਕ ਨਾਨਕ ਕੀ ਅਰਦਾਸ ਵਾਹਿਗੁਰੂ ਵਾਹਿਗੁਰੂ ਚਿਤਿਆਵਾ ਚਿਤਾਵਣ ਕਾ ਸਦਕਾ ਸਭ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਜ ਦੇਵ ਦੇਵ ਫਤਿਹ ਬਿਰਧ ਪਾਈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ
ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਤਸ਼ਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ। ਬੋਲੋ ਜੀ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲਿਆ ਵਰ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾ ਨਾਲ। ਸਰਦਾਰ ਰਤਨ ਸਿੰਘ ਜੀ, ਸਰਪੰਚ ਸਾਹਿਬ ਜੀ ਮਹਾਰਾਜ ਜੀਵਨ ਯਾਤਰਾ ਕਰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਦੇ ਹੋਏ ਪਰਿਵਾਰਾਂ ਨਾਲੋਂ, ਰਿਸ਼ਤੇਦਾਰਾਂ ਨਾਲੋਂ ਵਿਛੋੜਾ ਪਾਉਂਦਿਆਂ ਹੋਇਆਂ ਆਪ ਜੀ ਦੇ ਚਰਨਾਂ 'ਚ ਜਾਪ ਰਾਜੇ ਹਨ। ਪਿੱਛੋਂ ਤਥਾ ਸਾਰੇ ਪਰਿਵਾਰ ਨੇ ਮਹਾਰਾਜ ਆਪ ਜੀ ਦਾ ਊਟ ਆਸਰਾ ਲੈਂਦਿਆਂ ਹੋਇਆਂ ਧੁਰ ਕੀ ਬਾਣੀ ਆਏ ਤਿੰਨ ਸਗਲੇ ਚਿੰਤ ਮਟਾਈ ਦਾ ਸਹਿਜ ਪਾਠ ਪ੍ਰਾਰੰਭ ਕਰਵਾਇਆ ਸੀ। ਭੋਗ ਪਏ ਹਨ ਖੁੱਲ੍ਹੇ ਪੰਡਾਲਾਂ ਦੇ ਵਿੱਚ ਆਪ ਦਰਸ਼ਨ ਦਿਧਾਰੇ ਬਖਸ਼ ਕੀਤੇ ਹਨ ਮਹਾਰਾਜ। ਸਰਬ ਚਿੰਤ ਪਾਸੇ ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ ਸੁਖ ਵੇ ਨਾਮ ਜਿਤਾਵਾ, ਸੁਖ ਪੜਦੇ ਸੁਣਦੇ ਸਭ ਲੈਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨਿਹਾਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਲਾ ਪੰਜਵਾ। ਤੁਮ ਦਾਤੇ ਠਾਕਰ ਪ੍ਰਤ ਪਾਲਕਾ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤ ਪਾਲ ਹੋ, ਹਮ ਬਾਰਗ ਤੁਮਰੇ ਤਾਰੇ। ਤੁਮ ਦਾਤੇ ਠਾਕਰ ਪ੍ਰਤ ਪਾਲਕਾ, ਨਾਇਕ ਖਸਮ ਹਮਾਰੇ, ਨਾਨਕ ਕਰਕੇ ਗੋਲੇ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਛੋਟੇ ਵੀਰ ਸਰਦਾਰ ਰਤਨ ਸਿੰਘ ਜੀ, ਸਾਬਕਾ ਸਰਪੰਚ, ਜਿਨ੍ਹਾਂ ਦੇ ਮੌਤ ਦੇ ਵਿਛੋੜੇ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਅੱਜ ਅਸੀਂ ਆਪਣੇ ਰੰਗਲੇ ਸੱਜਣ ਸਰ ਰਤਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ। ਗੁਰੂ ਸਾਹਿਬ ਦਾ ਪ੍ਰਮਾਣ ਹੈ
ਜਿਹਾ ਜੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠ ਚਾਹੀਦੇ ਮਾਂ ਵਾਕ ਅਨੁਸਾਰ। ਸਰ ਰਤਨ ਸਿੰਘ ਆਪਦੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਉੱਥੇ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਸਾਡੇ ਰੰਗਲੇ ਸੱਜਣ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਹੈ ਜਿਹੜਾ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਨਾਲ ਹੀ ਇਸੇ ਤਰ੍ਹਾਂ ਦਾ ਬਲ ਬਖਸ਼ੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਹ ਸੇਵਾ ਕਰਦੇ ਰਹਿਣ। ਇਲਾਕੇ ਦੇ ਵਿੱਚ ਜਿਹੜਾ ਪਿਆਰ ਸਰ ਰਤਨ ਸਿੰਘ ਨੇ ਬਣਾਇਆ ਹੈ ਉਸ ਪਿਆਰ ਨੂੰ ਹੋਰ ਵੀ ਅੱਗੇ ਵਧਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਆਓ। ਧਰਮ ਪਤਨੀ ਮਾਤਾ ਗੁਜਰ ਤੁਰ ਗਈ ਸੀ, 80 ਸਾਲ ਦੀ ਮਾਂ ਵੀ ਗਈ ਸੀ, ਮਾਤਾ ਨਾਨਕੀ ਵੀ ਗਈ ਸੀ ਆਪਣੇ ਪੁੱਤ ਦਾ ਸੀਸ ਲੈਣ ਵਾਸਤੇ ਅੱਗੋਂ ਕੀਰਤਪੁਰ ਸਾਹਿਬ। ਜਦੋਂ ਮਾਂ ਨੇ ਦਰਸ਼ਨ ਕੀਤੇ ਹੋਣਗੇ ਪੁੱਤ ਦੇ ਸੀਸ ਦੇ, ਉਹ ਤਾਂ ਉਹੀ ਜਾਣਦਾ ਜਿਸ ਤਨ ਲੱਗੀ ਚਿੰਤਾ ਪਰਾਈ। ਸਤਿਗੁਰੂ ਕਹਿੰਦੇ ਹੋਏ ਵਾਹਿਗੁਰੂ ਜੀ ਤੁਸੀਂ ਮੇਰੀ ਚਿੰਤਾ ਕਰੋ, ਤੁਸੀਂ ਮੇਰਾ ਧਿਆਨ ਕਰੋ, ਤੁਸੀਂ ਮੈਨੂੰ ਬਚਾਓ ਇਸ ਕਲਯੁਗ ਦੇ ਭਿਆਨਕ ਕਪੜ ਝੋਲਿਆਂ ਤੋਂ, ਤੁਸੀਂ ਮੇਰੀ ਚਿੰਤਾ ਕਰੋ, ਮੇਰਾ ਇੱਕ ਦਰਦ ਸੁਣਨ ਵਾਲਾ ਕੋਈ ਨਹੀਂ। ਸੁੱਖ ਮੈਂ ਆਣ ਬਹੁਤ ਮਿਲ ਬੈਠ ਰਹਿ ਚਾਹੂ ਦਿਸ ਘੇਰੇ, ਵਿਪਤ ਪਰੀ ਸਭ ਨੂੰ ਸੰਗ ਛੱਡ ਤੇ ਕਉ ਨਾ ਆਵਤ ਨੇਰੇ। ਪ੍ਰੀਤਮ ਜਾਣ ਲਿਓ ਮਨ ਮਾਹੀ,
ਆਪਣੇ ਸੁੱਖ ਸਿਉਂ ਹੀ ਜਗ ਜਾਂਦੇ ਹੋ ਕੋ ਕਾਹੂ ਕੋ ਨਾ। ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਦੁੱਖ ਵੇਲੇ ਸੰਗੀ ਬਣਦਾ ਹੁੰਦਾ ਕੋਈ ਕੋਈ ਮਰਦ, ਦੁੱਖ ਵੇਲੇ ਸਾਰੀ ਦੁਨੀਆ ਨਹੀਂ ਮਰਦ ਸੰਗੀ ਬਣੀ ਮਨੁੱਖ ਦਾ। ਕੋਈ ਕੋਈ ਮਰਦ ਹੁੰਦਾ ਜਿਹਦਾ ਦੁੱਖ ਵੇਲੇ ਕਿਸੇ ਦਾ ਮਿੱਤਰ ਬਣਦਾ, ਸੁੱਖ ਵੇਲੇ ਬਹੁਤ ਜ਼ਿਆਦਾ ਮਿੱਤਰ ਹੁੰਦੇ। ਸੁੱਖ ਵੇਲੇ ਜਿੰਨੇ ਆਪਾਂ ਬੈਠੇ ਸਾਰੇ ਇਹ ਵੇਖਣ ਨੂੰ ਲੱਗਾ ਕਿ ਸਾਰੇ ਮਿੱਤਰ ਹੀ ਆ ਰਤਨ ਸਿੰਘ ਦੇ, ਪਰ ਦੁੱਖ ਵੇਲੇ ਕੋਈ ਭਾਗਾਂ ਵਾਲਾ ਮਿੱਤਰ ਹੁੰਦਾ। ਵੱਡੇ ਵੱਡੇ ਛੱਡ ਕੇ ਤੁਰ ਜਾਂਦੇ, ਅਨੰਦਪੁਰ ਦੇ ਕਿਲੇ ਚੋਂ ਬੜੇ ਤੁਰ ਗਏ ਸੀ। ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ ਕਹਿ ਕੇ ਤੁਰ ਗਏ ਸੀ। ਹਰ ਬੰਦੇ 'ਤੇ ਜਦੋਂ ਨੌਬਤ ਆਉਂਦੀ ਜ਼ਿੰਦਗੀ 'ਚ, ਕੋਈ ਨੌਬਤ ਆਉਂਦੀ ਕੋਈ ਕੋਈ ਪਕੜਦਾ, ਅਤੇ ਸਾਹਿਬ ਕਹਿੰਦੇ ਹੇ ਵਾਹਿਗੁਰੂ ਜੀ, ਬੰਦੇ ਤਾਂ ਕੋਈ ਵੀ ਨਾ ਰਹੇ ਦੁਨੀਆਂ 'ਚ, ਪਰ ਤੂੰ ਚਾਹੀਦਾ। ਹੇ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਚਾਹੀਦੇ ਹੋ, ਸਿੱਖ ਦੇ ਤੁਸੀਂ ਹੋ ਨਾ, ਪਰ ਸਿੱਖ ਨੂੰ ਪਰਵਾਹ ਵੀ ਕੋਈ ਨਹੀਂ। ਜਦ ਤੂੰ ਮੇਰੇ ਵੱਲ ਆਇਆ ਤਾਂ ਗਿਆ ਮੋਹ ਸ਼ਬਦਾ, ਤਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਤੂੰ ਮੇਰੇ ਵੱਲ ਹੈ ਜਾਂ ਕਰਤਾ ਵੱਲ, ਤਾਂ ਸਭ ਕੋ ਵੱਲ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੱਗਾ। ਮੇਰੀ ਚਿੰਤਾ ਖੁਦ ਕਰ ਰਿਹਾ ਮੈਂ ਨਾ ਕਰਾਂ, ਹੁਣ ਤੁਸੀਂ ਮੇਰੀ ਚਿੰਤਾ ਕਰੋ। ਬੰਦਾ ਸੋਚਦਾ ਗੁਰੂ ਪਤਾ ਨਹੀਂ ਕਿੱਥੇ ਰਹਿੰਦਾ ਹੋਊ, ਮੈਂ ਇੱਥੇ ਫਿਰਦਾ ਪਤਾ ਨਹੀਂ ਬੌੜੇ ਕਿ ਨਾ ਬੌੜੇ, ਰੱਬ ਪਤਾ ਨਹੀਂ ਕਿੱਡੀ ਕੁ ਦੂਰ ਹੋਵੇ। ਭਗਤ ਰਵਿਦਾਸ ਕਹਿੰਦੇ ਮਨੁੱਖ ਤੂੰ ਯਾਦ ਤਾਂ ਕਰੋ ਸਦਾ ਗੁਰੂ ਨੂੰ, ਤੇਰੇ ਹੱਥ ਤਾਂ ਬੜੀ ਦੂਰ ਆ, ਇੱਥੋਂ ਤੁਰੇਗਾ ਇੱਥੇ ਆਉਂਦਿਆਂ ਟਾਈਮ ਲਾਉਣਗੇ, ਰੱਬ ਇੰਨਾ ਟਾਈਮ ਨਹੀਂ ਲਾਉਂਦਾ। ਕਹਿ ਰਵਿਦਾਸ ਹੱਥ ਪਏ ਨੇੜੇ, ਹੱਥਾਂ ਤੋਂ ਨੇੜੇ ਸਹਿਜੇ ਹੋਈ ਸੋਈ। ਗੱਲ ਇੱਥੇ ਇੱਥੇ ਟੁੱਕਦੀ ਵੀ ਤੂੰ ਯਾਦ ਤਾਂ ਕਰ, ਤੂੰ ਯਾਦ ਹੀ ਨਹੀਂ ਕਰਦਾ ਉਹਨਾਂ ਨੂੰ, ਤੂੰ ਯਾਦ ਕਰਦਾ ਹੋਰਾਂ ਨੂੰ, ਹੋਰਾਂ ਨੂੰ ਯਾਦ ਕਰਦਾ। ਜਿਹਨਾਂ ਨੂੰ ਤੂੰ ਯਾਦ ਕਰਦਾ ਉਹ ਅੱਪੜਦੇ ਨਹੀਂ, ਜਿਹਨੇ ਅੱਪੜਨਾ ਉਹਨੂੰ ਤੂੰ ਬੰਦੇ ਯਾਦ ਨਹੀਂ ਕਰਦਾ। ਚਾਹੀਦਾ ਤੇ ਅਸੀਂ ਉਹਨੂੰ ਸਵੇਰੇ ਉੱਠ ਕੇ ਆਵਾਜ਼ਾਂ ਮਾਰ ਦਿਓ, ਬਬਈਆ ਅੰਮ੍ਰਿਤ ਵੇਲੇ ਬੁੱਲਿਆ ਤਾਂ ਅੰਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਵਾ ਵਰਸੋ ਕਿਰਪਾ। ਸਾਹਿਬ ਕਹਿੰਦੇ ਉਹਨੂੰ ਯਾਦ ਕਰ, ਜਲ ਥਲਾਂ ਵਿੱਚ ਸਾਰੇ ਪ੍ਰਕਾਸ਼ ਮਾਨਾ ਜੀਵ ਤੇਰੇ ਕੋਲੇ ਆ, ਅੱਠੇ ਟਾਈਮ ਤੇਰੇ ਕੋਲ ਆ, ਯਾਦ ਤਾਂ ਕਰਕੇ ਦੇਖ। ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ ਛਡਾ ਸਕਦਾ ਤੇ, ਪਰ ਯਾਦ ਤਾਂ ਕਰ। ਕਈ ਵਾਰੀ ਬੰਦੇ ਦੇ ਰੱਬ ਘਰੇ ਹੁੰਦੇ ਤੇ ਲੱਭਣ ਜਾਂਦਾ ਗੁਆਂਢੀਆਂ ਕਰ, ਮਾਂ ਦੇ ਰੂਪ ਵਿੱਚ ਬਾਪ ਦੇ ਰੂਪ ਵਿੱਚ ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਦੇ ਵਿੱਚ ਵਸਦਾ ਨਾ ਪਰਮਾਤਮਾ ਕੀ ਆ, ਉਹ ਕੁਦਰਤ ਦੇ ਵਿੱਚ ਵਸਦਾ। ਕਿਸੇ ਦੇ ਘਰੇ ਮਾਂ ਦੇ ਰੂਪ ਵਿੱਚ ਰਹਿੰਦਾ, ਕਿਸੇ ਦੇ ਘਰੇ ਬਾਪ ਦੇ ਰੂਪ ਵਿੱਚ ਰਹਿੰਦਾ, ਤੇ ਮਨੁੱਖ ਲੱਭਦਾ ਫਿਰਦਾ ਕਿਤੇ ਹੋਰ ਤੀਰਥਾਂ ਤੇ ਜਾ। ਗੁਰਦੇਵ ਪਿਤਾ, ਗੁਰਦੇਵ ਸਵਾਮੀ,
ਪਰਮੇਸ਼ਰ ਆ, ਉਹ ਤਾਂ ਦੱਸਿਆ ਨਹੀਂ ਵਿਚਾਰਾ ਜਿਹੜਾ ਸਵੇਰ ਦਾ ਡਿਊਟੀ 'ਚ ਬੈਠਾ ਅਤੇ ਰੱਬ ਤੀਰਥਾਂ 'ਤੇ ਲੱਭਣ ਤੁਰ ਗਿਆ ਮਨੁੱਖ। ਸਾਹਿਬ ਕਹਿੰਦੇ ਉਹ ਕੁਦਰਤ ਦੇ ਵਿੱਚ ਵੱਸਦਾ, ਜੇ ਥੋੜ੍ਹੀ ਜਿਹੀ ਅੱਖ ਖੁੱਲ੍ਹ ਜੇ ਮਨੁੱਖ ਦੀ, ਧੀ ਵਿੱਚੋਂ ਵੀ ਦੇਖ ਸਕਦਾ, ਭੈਣ ਵਿੱਚੋਂ ਵੀ ਦੇਖ ਸਕਦਾ, ਭਰਾ ਵਿੱਚੋਂ ਵੀ ਦੇਖ ਸਕਦਾ, ਉਹ ਮਾਂ ਵਿੱਚੋਂ ਅਤੇ ਬਾਪ ਵਿੱਚੋਂ ਅਤੇ ਗੁਆਂਢੀ ਵਿੱਚੋਂ ਵੀ ਦੇਖ ਸਕਦਾ, ਜੇ ਅੱਖ ਖੁੱਲ੍ਹ ਜੇ। ਅੱਖ ਸੁੱਤੀ ਹੋਵੇ ਫਿਰ ਨਹੀਂ ਦਿਸਦਾ, ਫਿਰ ਰੱਬ ਕਿਸੇ ਤੀਰਥਾਂ 'ਤੇ ਰਹਿੰਦਾ, ਰੱਬ ਕਿਸੇ ਕਾਇਤਾਂ 'ਤੇ ਰਹਿੰਦਾ, ਫਿਰ ਬੰਦਾ ਉੱਥੇ ਲੱਭਦਾ। ਦੁੱਧ ਬਿਨ ਅਮਰ ਨਾ ਜਾਣਾ ਓ ਮੇਰੇ ਸਹਿਬਾ, ਮੈਨੂੰ ਜੋ ਪਰ ਜਾਊਂ ਉਸ ਤੁਮ ਤੇ ਪਾਊਂ, ਦੁੱਧ ਬਿਨ ਅਮਰ ਨਾ ਜਾਣਾ ਮੇਰੇ ਸਹਿਬਾ। ਜਿੱਦਣ ਸਿੱਖ ਨੂੰ ਇਹ ਭਰੋਸਾ ਬਣ ਗਿਆ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਜਾਣਦੇ ਨਹੀਂ, ਉਦਣ ਸਿੱਖੀ ਪ੍ਰਫੁੱਲਤ ਹੋਣ ਲੱਗ ਪਊਗੀ, ਬੜੀ ਵਧੀ ਫੁੱਲੂ, ਬੜੀ ਵਧੀ ਵਧੂ ਫੁੱਲੂਗੀ ਉਦਣ, ਜਿੱਦਣ ਇਹ ਸਿੱਖ ਦੇ ਅੰਦਰ ਪ੍ਰਭਾਵ ਬਣ ਗਿਆ ਵੀ ਕੋਈ ਪੁੱਛੇ ਤੂੰ ਫਲਾਣੇ ਨੂੰ ਜਾਣਦਾ ਹੋ, ਕਹਿੰਦਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਦਾ ਬਸ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਮੈਂ ਤੇਰੇ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ। ਇੱਥੇ ਬਹੁਤਿਆਂ ਨੂੰ ਪੁੱਛ ਲਓ ਅਨੰਦਪੁਰ ਸਾਹਿਬ ਕਿਤੇ, ਕਹਿੰਦੇ ਕੋਈ ਨਹੀਂ ਪਤਾ, ਇਹ ਪੁੱਛ ਲਓ ਡੇਰੇ ਕਿੱਥੇ ਸਾਰੇ ਜਾਣਦੇ ਨੇ, ਅਨੰਦਪੁਰ ਸਾਹਿਬ ਨਹੀਂ ਸਾਰਿਆਂ ਵੇਖਿਆ, ਡੇਰੇ ਸਾਰਿਆਂ ਵੇਖੇ। ਜਿੱਦਣ ਗੁਰਸਿੱਖਾਂ ਦੇ ਅੰਦਰ ਇਹ ਪਿਆਰ ਬਣ ਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਘਰ ਬਿਨਾਂ ਜਾਣਦੇ ਹੀ ਨਹੀਂ ਕਿਸੇ ਨੂੰ, ਸਾਹਿਬ ਨੇ ਤਾਂ ਹੀ ਇਹ ਗੱਲ ਕਹੀ ਸੀ ਨਾ ਕਿ ਵਾਹਿਗੁਰੂ ਜੀ ਤੇਰੇ ਤੋਂ ਬਿਨਾਂ ਦੁੱਧ ਬਿਨ ਰੋਗ ਰਜਾਈਆਂ ਦਾ ਉੱਡਣ, ਤੇਰੇ ਤੋਂ ਬਿਨਾਂ ਇਹ ਜਿਹੜੇ ਮੇਰੇ ਸੁੱਖ ਨੇ ਨਾ ਇਹ ਕਿਸੇ ਕੰਮ ਨਹੀਂ ਆ, ਤੇਰੀ ਰਜਾ ਵਿੱਚ ਮੈਨੂੰ ਭੁੱਲੇ ਸੌਣਾ ਵੀ ਪਰਵਾਣਾ, ਪਰ ਤੇਰੀ ਰਜਾ ਤੋਂ ਬਾਹਰ ਹੋ ਕੇ ਮੈਨੂੰ ਮਹਿਲਾਂ ਵਿੱਚ ਸੌਣਾ ਵੀ ਪਰਵਾਣਾ, ਮੈਂ ਤੇਰੀ ਰਜਾ ਵਿੱਚ ਸੂਲਾਂ 'ਤੇ ਸੌਂ ਕੇ ਵੀ ਮੈਂ
ਖੁਸ਼ੀ ਮਹਿਸੂਸ ਕਰਦਾ, ਪਰ ਤੇਰੇ ਤੋਂ ਟੁੱਟ ਕੇ ਮੈਨੂੰ ਮਹਿਲ ਮਾੜੀਆਂ ਵੀ ਖਾਣ ਨੂੰ ਮਿਲੀਆਂ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ ਦੁੱਧ ਬਿਨ ਅਵਰਨਾ, ਜਾਣਾ ਮੇਰੇ ਸਹਿਬ ਤੇਰੇ ਤੋਂ ਬਿਨਾਂ ਮੈਂ ਜਾਣਦਾ ਹੀ ਨਹੀਂ ਕਿਸੇ। ਇੱਕ ਤੂੰ ਮੇਰੀ ਸੁਰਤ ਵਿੱਚ ਆ, ਸਵੇਰੇ ਉੱਠਦਿਆਂ ਕੋਈ ਸ਼ਬਦ ਨਹੀਂ ਮੂੰਹ ਚੋਂ ਨਿਕਲਦਾ, ਇੱਕੋ ਹੀ ਨਿਕਲਦਾ ਤੰਤਰ ਗੁਰੂ ਗ੍ਰੰਥ ਸਾਹਿਬ ਜੀ। ਸਭ ਸਿੱਖਣ ਕੋ ਹੁਕਮ ਹੈ, ਸਿੱਖ ਇਕੱਲੇ ਗਾਉਂਦੇ ਨੇ, ਮੰਨਦੇ ਬੜੇ ਤਾਵਾਂ ਨੂੰ, ਇਕੱਲੇ ਗਾਉਂਦੇ ਨੇ ਸਿੱਖ, ਸਭ ਸਿੱਖਣ ਕੋ ਹੁਕਮ ਹੈ। ਜਿੱਦਣ ਇਹਨਾਂ ਗਾਇਆ, ਉਹ ਗਾਏ ਨੂੰ ਪ੍ਰਵਾਨ ਕਰ ਲਿਆ, ਤਾਂ ਸਾਹਿਬ ਨੇ ਕਿਹਾ ਕੋਈ ਗਾਵੇ ਰਾਗੀ ਨਾਦੀ ਬੇਦੀ ਕੋ ਭਾਤ ਕਰਨੀ, ਹਰ ਹਰ ਪੀਜੇ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਪਿਆ ਕੀਜੀ। ਜਿੱਦਣ ਸਿੱਖਾਂ ਨੇ ਅੰਦਰੋਂ ਕਿਹਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਅਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਬਾਂਹ ਗੁਰੂ ਗ੍ਰੰਥ ਸਾਹਿਬ ਨੂੰ ਫੜਾਵਾਂਗੇ ਨਾ, ਸਤਿਗੁਰੂ ਤੱਤੀ ਵਾਹ ਤੱਕ ਨਹੀਂ ਲੱਗੇ ਰਹਿੰਦੇ। ਇੱਥੋਂ ਤਾਂ ਹੀ ਲਿਖਿਆ ਬਾਣੀ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਕੋਈ ਧੀਰ ਜਿਹਦੇ ਨਾਲ ਵੀ ਨਾ ਬਚੇ। ਇੱਕ ਬੰਦੇ ਕੋਲੇ ਦਸ ਬੰਦੇ ਆ ਜਾਂਦੇ, ਕਹਿੰਦੇ ਕੋਈ ਗੱਲ ਨਹੀਂ ਤੇਰੇ ਨਾਲ ਆ, ਫਿਕਰ ਨਾ ਕਰੀਏ, ਪਰ ਕੋਈ ਧੀਰਜ ਦੇਣ ਵਾਲਾ ਵੀ ਨਾ ਬਚੇ। ਸਵਾਰਥ ਸਵਾਓ ਨਾ ਕੋ ਕਰੇ, ਕੋਈ ਸਵਾਰਥ ਨਾ ਪੂਰਾ ਕਰਦਾ ਹੋਵੇ, ਜਿਹਨੂੰ ਜਾ ਕੇ ਕਵੇ ਉਹ ਕਹੇ ਮੇਰੇ ਵੱਸ ਦੀ ਗੱਲ। ਕਸ਼ਮੀਰੀ ਪੰਡਤਾਂ ਨੇ ਕੋਈ ਥਾਂ ਨਹੀਂ ਛੱਡੀ ਸੀ, ਸਭ ਥਾਵਾਂ 'ਤੇ ਗਏ ਸੀ, ਪਰ ਆਖਿਰਕਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਆ ਕੇ ਕਹਿੰਦੇ ਸੀ, ਸਤਿਗੁਰੂ ਤੇਰੇ ਬਿਨਾਂ ਸਾਡਾ ਹੁਣ ਕੋਈ ਨਹੀਂ, ਸਭ ਥਾਂ 'ਤੇ ਜਾ। ਅਤੇ ਗੋਬਿੰਦ ਰਾਏ ਉਸ ਵੇਲੇ 9 ਸਾਲਾਂ ਦਾ ਸੀ, ਅਤੇ ਸਾਹਿਬ ਜੀ ਨੇ ਕਿਹਾ ਜਿਹੜਾ ਵੇਖਦਾ ਸੀ ਉਹਨੂੰ ਮਾਰ ਦਿੱਤਾ ਸੀ, ਉੱਥੇ ਇਹਨਾਂ ਦੇ ਬੱਚੇ ਨਾ ਭੁੱਲੇ ਜਾਂਦੇ। ਗੋਬਿੰਦ ਰਾਏ ਨੇ ਕਿਹਾ ਫਿਰ ਕਿਵੇਂ ਇਹਨਾਂ ਦਾ ਧਰਮ ਖਤਰੇ 'ਚ ਹੋ ਗਿਆ, ਕਿਉਂ ਕਿਵੇਂ ਬਚੂ ਧਰਮ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਈ ਪਰੇਸ਼ਾਨੀਆਂ ਨੂੰ ਕਿਸੇ ਬਦਲੇ ਵੀ ਸਿਰ ਦੇ ਦਿੰਦਾ, ਇਹ ਆਪ ਦੇ ਵਾਸਤੇ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਪੁੱਤ ਇਹਨਾਂ ਬਦਲੇ ਕੋਈ ਮਹਾਨ ਪੁਰਖ ਸਿਰ ਦਊਗਾ ਤੇ ਫਿਰ ਇਹਨਾਂ ਦਾ ਧਰਮ ਖਤਰੇ 'ਚੋਂ ਨਿਕਲ, ਇਹਨਾਂ ਦੇ ਬੱਚੇ ਅਨਾਥ ਨਾ ਹੋਣਗੇ ਤੇ ਮੈਂ ਇਕੱਲਾ ਅਨਾਥ ਰਹਿ ਕੇ ਜ਼ਿੰਦਗੀ ਬਤੀਤ ਕਰਨ ਨੂੰ ਸਤਿਗੁਰੂ ਤੁਸੀਂ ਇਹਨਾਂ ਬਦਲੇ ਸਿਰ ਦਿਓ। ਸੋਈ ਚੰਗਾ ਜੋ ਤੁਧ ਪਾਵੇ।
ਚੰਗਾ ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ। ਉਹੀ ਚੰਗਾ ਸਿੱਖ ਵਾਸਤੇ ਹੈ, ਕਿਉਂਕਿ ਉਹ ਵਾਹਿਗੁਰੂ ਪਰਮਾਤਮਾ ਜੋ ਕਰਦਾ ਸਾਹਿਬ ਕਹਿੰਦੇ ਉਹ ਠੀਕ ਕਰਦਾ। ਆਪੇ ਹਰ ਇੱਕ ਰੰਗ ਹੈ ਆਪੇ ਬੁਰੰਗੀ, ਜੋਤਿ ਸੁਭਾਵੈ ਨਾਨਕਾ ਸਾਈ ਗੱਲ, ਚੰਗੀ ਜੋਤ ਦੁਭਾਵੈ ਸਾਈ ਭਲੀ ਕਾਰ। ਸਾਡੀ ਮਤ ਇਹ ਗੱਲ ਕਹਿ ਸਕੂ ਠੀਕ ਨਹੀਂ ਹੋ ਰਿਹਾ, ਪਰ ਰੱਬ ਕੀ ਹੈ, ਰੱਬ ਗਲਤੀ ਨਹੀਂ ਕਰਦਾ। ਕਿਉਂ? ਕਿਉਂਕਿ ਰੱਬ ਸਿਆਣਾ ਹੈ। ਉਹ ਵਾਹਿਗੁਰੂ ਪਰਮਾਤਮਾ ਜੋ ਮਨੁੱਖ ਦੀ ਜ਼ਿੰਦਗੀ 'ਚ ਲੈ ਕੇ ਆਉਂਦਾ ਹੈ ਨਾ, ਦੁੱਖ ਜਾਂ ਸੁੱਖ, ਉਹ ਮਨੁੱਖ ਦੇ ਭਲੇ ਵਾਸਤੇ ਲੈ ਕੇ ਆਉਂਦਾ। ਦੁੱਖ ਵੀ ਉਹਦੀ ਸੀਸ ਆ, ਸੁੱਖ ਵੀ ਉਹਦੀ ਸੀਸ ਆ। ਇਹ ਨਾ ਸਮਝਣਾ ਵੀ ਦੁੱਖ ਉਹਦੀ ਵੱਧ ਸੀਸ ਆ ਅਤੇ ਸੁੱਖ ਉਹਦੀ ਸੀਸ ਆ, ਐਸੀ ਨਹੀਂ ਗੱਲ। ਵਾਹਿਗੁਰੂ ਪਰਮਾਤਮਾ ਦੀ ਦੁੱਖ ਵੀ ਸੀਸ ਆ, ਕਿਤੇ ਆ ਦੁੱਖ ਭੂਖ ਸਦ ਮਾਰ ਇਹ ਬੇਦਾਤ ਤੇਰੀ ਦਤਾਰ। ਜਿਹਨਾਂ ਨੂੰ ਸਮਝ ਆ ਗਈ ਉਹਨਾਂ ਨੇ ਤਾਂ ਹੀ ਕਿਹਾ, ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਤੀਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇਂ ਸੋ ਖਾਈ। ਉਸ ਵਾਹਿਗੁਰੂ ਦੇ ਹੁਕਮ ਵਿੱਚ ਹਰ ਜੀਵ ਨੂੰ, ਭਾਵੇਂ ਉਹ ਗਰੀਬ ਹੈ ਭਾਵੇਂ ਅਮੀਰ ਹੈ, ਛੋਟਾ ਹੈ ਵੱਡਾ ਹੈ, ਚੱਲਣਾ ਪੈਂਦਾ। ਹਰ ਇਨਸਾਨ ਦੁਨੀਆਂ 'ਤੇ ਆਉਣ ਤੋਂ ਪਹਿਲਾਂ ਗੁਰਬਾਣੀ ਦੇ ਮੁਤਾਬਕ ਆਪਣੀ ਜ਼ਿੰਦਗੀ ਦੀਆਂ ਘੜੀਆਂ ਲਿਖਾ ਕੇ ਆਉਂਦਾ। ਜਿਤਨੀ ਜ਼ਿੰਦਗੀ ਦੀ ਘੜੀ ਸਰਦਾਰ ਰਤਨ ਸਿੰਘ ਜੀ ਨੇ ਲਿਖਾਈ ਸੀ, ਆਪਣੇ ਵਿੱਚੋਂ ਵਿਛੜ ਗਏ। ਮੈਂ ਪਹਿਲਾਂ ਬੇਨਤੀ ਕਰ ਰਿਹਾ, ਪਰਾਇਆ ਦੁੱਖ ਸਹਿਣ ਵਾਲਾ ਕੋਈ ਕੋਈ ਬੰਦਾ ਹੁੰਦਾ, ਉਹਨਾਂ ਵਿੱਚੋਂ ਇੱਕ ਸਰਦਾਰ ਰਤਨਵੀਰ ਸਿੰਘ ਵੀ ਸੀ, ਜਿਹੜਾ ਦੂਸਰੇ ਦੇ ਦੁੱਖ ਨੂੰ ਵੀ ਮਹਿਸੂਸ ਕਰਨ ਵਾਲਾ ਸੀ। ਆਪਣੇ ਤਾਂ ਹਰ ਬੰਦਾ ਹੀ ਕੱਟ ਲੈਂਦਾ, ਆਪਣੇ 'ਤੇ ਪਈ ਤਾਂ ਸਾਰੀ ਦੁਨੀਆਂ ਕੱਟ ਲੈਂਦੀ, ਕੱਟਣੀ ਪੈਂਦੀ, ਕੀ ਕਰੂੰਗਾ। ਦੂਜੇ ਦੀ ਕੱਟਣ ਵਾਲਾ ਕੋਈ ਕੋਈ ਇਨਸਾਨ ਹੁੰਦਾ, ਇਹ ਨਹੀਂ ਹੁੰਦਾ ਵੀ ਦੁਨੀਆਂ 'ਚ ਬੰਦੇ ਹੁੰਦੇ ਨਹੀਂ, ਹੁੰਦੇ ਨੇ ਭਲੇ ਇਨਸਾਨ ਜਿਹੜੇ ਦੂਸਰਿਆਂ ਦੇ ਕੰਮ ਆਉਣ ਵਾਲੇ ਵੀ ਹੁੰਦੇ। ਬਹੁਤ ਚੰਗਾ ਇਨਸਾਨ ਸੀ ਸਰਦਾਰ ਰਤਨ ਸਿੰਘ ਜੀ, ਘੱਟ ਤੋਂ ਘੱਟ 15-20 ਸਾਲ ਤੋਂ ਤਾਂ ਮੇਰੇ ਨਾਲ ਵੀ ਉਹਨਾਂ ਦਾ ਬੜਾ ਪਿਆਰ ਸੀ। ਕਿਤੇ ਜਿੱਥੇ ਮਿਲਣਾ ਬੜੇ ਪਿਆਰ 'ਚ ਮਿਲਣਾ, ਹੱਸ ਕੇ ਮਿਲਣਾ, ਜਿਹਨੂੰ ਵੀ ਉਹ ਮਿਲਦੇ ਸੀ ਉਹਨਾਂ ਦਾ ਪਿਆਰ ਇਹੋ ਜਿਹਾ ਸੀ, ਹਰ ਬੰਦੇ ਨੂੰ ਮੋਹ ਲੈਂਦੇ ਸੀ ਪਿਆਰ ਨਾਲ ਬੋਲਣ ਵਾਸਤੇ। ਪਰ ਉਹ ਵਾਹਿਗੁਰੂ ਦਾ ਜਿਹੜਾ ਹੁਕਮ ਆ, ਮੌਤ ਚੰਗੇ 'ਤੇ ਵੀ ਆਉਂਦੀ, ਮੌਤ ਮਾੜੇ 'ਤੇ ਵੀ ਆਉਂਦੀ। ਸਭਨਾ ਮਰਨਾ ਆਇਆ ਵਿਛੋੜਾ, ਸਭਨਾ 'ਤੇ ਮੌਤ ਆਉਂਦੀ। ਇੱਥੇ ਰਹਿਣਾ ਕਿਸੇ ਨਹੀਂ, ਜਗ ਮੈਂ ਕੋਈ, ਬਾਣੀ 'ਚ ਲਿਖਿਆ ਜਗ ਮੈਂ ਕੋਈ ਰਹਿਣ ਨਾ ਪਾਏ, ਇਸ ਰਹਿਣ ਵਾਲਾ ਦੁਨੀਆਂ 'ਚ ਕੋਈ ਨਹੀਂ। ਪਰ ਇਹ ਜ਼ਰੂਰ ਹੈ, ਮੋਇਆ ਗੰਢ ਨੇਕੀ ਸਤ ਹੋਏ, ਮੋਇਆ ਗੰਢ ਨੇਕੀ ਸਤ ਹੋਏ। ਜਿਹੜੀ ਮਰਨ ਤੋਂ ਬਾਅਦ ਗੰਢ ਪੈਂਦੀ ਇਨਸਾਨ ਦੀ, ਉਹ ਚੰਗੇ ਕਰਮਾਂ ਦੀ ਪੈਂਦੀ। ਜਿਸ ਇਨਸਾਨ ਨੇ ਦੁਨੀਆਂ 'ਤੇ ਆ ਕੇ ਚੰਗੇ ਕੰਮ ਕੀਤੇ ਹੋਣ, ਉਹਨੂੰ ਲੋਕ ਮਰਨ ਤੋਂ ਬਾਅਦ ਵੀ ਯਾਦ ਕਰਦੇ ਨੇ। ਮੋਇਆ ਗੰਢ ਮਰਨਾ ਸਭਨਾ ਨੇ, ਨਾਸਤਕ ਤੋਂ ਨਾਸਤਕ ਵੀ ਮਰਦਾ ਹੈ, ਚੰਗੇ ਤੋਂ ਚੰਗਾ ਵੀ ਮਰਦਾ ਹੈ। ਸਾਹਿਬ ਨੇ ਸਿੱਧੀ ਲੀਕ ਮਾਰੀ, ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਇੱਥੇ ਰਹਿਣਾ ਕਿਸੇ ਨਹੀਂ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈਂ ਪਾਸੋਂ ਉਹ ਲੱਦ ਗਈ। ਹਰ ਮਨੁੱਖ ਦਾ, ਕੋਈ ਛੋਟੀ ਉਮਰ 'ਚ ਜਾਂਦਾ, ਕੋਈ ਵੱਡੀ 'ਚ ਜਾਂਦਾ, ਗੱਲ ਇਸ ਗੱਲ 'ਤੇ ਢੁੱਕਦੀ ਵੀ ਮਨੁੱਖ ਨੇ ਦੁਨੀਆਂ 'ਤੇ ਆ ਕੇ ਕਰਮ ਕਿਹੜੇ ਕੀਤੇ। ਇਹ ਸਰੀਰਾਂ ਮੇਰਿਆ ਇਸ ਜੱਗ ਮੈਂ ਆਏ ਕੇ
ਕਿਹਾ ਤੁਧ ਕਰਮ ਫਰਮਾਇਆ। ਇਨਸਾਨ ਦੇ ਕਰਮਾਂ ਤੇ ਆਖਰਕਾਰ ਤਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਖਰ ਤਾਂ ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਵਚਨੀਆਂ ਤਾਂ ਉਹਨੇ ਉਹੀ ਨੇ ਨਾ ਸਾਡੀ ਜ਼ਿੰਦਗੀ ਦੀਆਂ, ਜਿਹੜੇ ਕੀਤੇ ਹੋਏ ਸਾਡੇ ਕਰਮ ਨੇ ਉਹੀ ਵਚਨੇ ਨੇ ਵਾਹਿਗੁਰੂ ਨੇ। ਜਿਹੜੇ ਇਨਸਾਨ ਦੁਨੀਆਂ ਤੇ ਆ ਕੇ ਚੰਗੇ ਕਰਮ ਕਰਕੇ ਜਾਂਦੇ ਆ, ਲੋਕੀ ਉਹਨਾਂ ਨੂੰ ਯਾਦ ਕਰਦੇ ਆ। ਹਰ ਇਨਸਾਨ ਨੂੰ ਚਾਹੀਦਾ ਹੈ ਕਿ ਹਰ ਇੱਕ ਮਨੁੱਖ ਦਾ ਭਲਾ ਮੰਗਣ ਵਾਲਾ ਬਣੇ, ਹਰ ਮਨੁੱਖ ਸੰਸਾਰ ਦਾ ਭਲਾ ਮੰਗਣ ਵਾਲਾ ਬਣੇ। ਅੱਜ ਸੰਕਟ ਦੀ ਘੜੀ ਤੋਂ ਲੰਘ ਰਿਹਾ ਸਿੱਖ ਪੰਥ, ਬਹੁਤ ਸੰਕਟ ਦੀ ਘੜੀ ਸਿੱਖ ਪੰਥ ਉੱਤੇ ਆਈ ਹੈ। ਤਾਂ ਜਗ ਪ੍ਰਿਸ਼ਟ ਹੋਵਾ ਡੂਬਦਾ ਹੈ, ਜਗ ਆਹ ਸਥਿਤੀ ਅੱਜ ਦੁਨੀਆਂ ਤੇ ਬਣ ਚੁੱਕੀ, ਸੰਸਾਰ ਪ੍ਰਿਸ਼ਟ ਹੋ ਗਿਆ। ਸਾਹਿਬ ਕਹਿੰਦੇ ਡੂਬ ਮੋਏ ਬਿਨ ਪਾਣੀ, ਇਹ ਪਾਣੀ ਤੋਂ ਬਿਨਾਂ ਸੰਸਾਰ ਡੁੱਬ ਗਿਆ। ਪਾਣੀ 'ਚ ਡੁੱਬਣਾ ਤਾਂ ਕੋਈ ਨਾ ਕੋਈ ਥਾਂ ਲੱਭ ਜਾਂਦਾ, ਬੇੜੀ ਲੱਭ ਲੈਂਦਾ, ਕੋਈ ਟਾਇਰ ਚਵਾ ਭਰ ਕੇ ਕੋਈ ਹੋਰ ਮੁੱਠਾ ਬਣ ਕੇ ਤਰਜੂ, ਪਰ ਪਾਣੀ ਤੋਂ ਬਿਨਾਂ ਕੋਈ ਸੰਸਾਰ 'ਚ ਡੁੱਬ ਰਿਹਾ। ਸਿੱਖ ਪੰਥ ਤੇ ਬੜੀ ਸੰਕਟ ਦੀ ਘੜੀ, ਪਰ ਆਈ ਕਿਉਂ ਆ? ਇਹਦੇ ਵੱਲੇ ਵੀ ਕੋਈ ਤੁਰਦਾ ਪਿਆ, ਇਸ ਦੁੱਖ ਤੋਂ ਬਚਣ ਵਾਸਤੇ ਹੋਰ ਉਪਰਾਲੇ ਤਾਂ ਕਰ ਰਿਹਾ, ਪਰ ਆਈ ਕਿਉਂ ਆ? ਇਹ ਵਧੀਆ ਨਹੀਂ ਮਨੁੱਖ ਜਾਣਦਾ ਇਹ ਸੰਕਟ ਦੀ ਘੜੀ ਆਈ ਗਈ। ਇਸ ਗੱਲ ਦਾ ਖੁਲਾਸਾ ਗੁਰੂ ਤੇਗ ਬਹਾਦਰ ਸਾਹਿਬ ਕਰਦੇ, ਕਹਿੰਦੇ ਇਹ ਆਉਂਦੀ ਤਾਂ ਹੈ ਬਲ ਛੁਟਕਿਓ ਬੰਧਨ ਪਰੇ। ਜਦੋਂ ਬਲ ਛੁੱਟਦਾ ਹੈ ਨਾ ਸਿੱਖ ਦੇ ਹੱਥ ਚੋਂ, ਉਦੋਂ ਬੰਧਨ ਪੈਂਦੇ ਹਨ। ਬਲ ਕਾਹਦਾ ਹੁੰਦਾ ਮਨੁੱਖ ਕੋਲੇ? ਬਲ ਕਾਹਦਾ ਹੁੰਦਾ? ਜਿਨ ਵਡਿਆਈ ਤੇਰੇ ਨਾਮ ਕੀ, ਨਾਮ ਦਾ ਬਲ ਹੁੰਦਾ ਸਿੱਖ ਕੋਲ। ਜਦੋਂ ਸਿੱਖਾਂ ਦਾ ਨਾਮ ਦਾ ਬਲ ਟੁੱਟ ਜੇ ਉਦੋਂ ਬੰਧਨ ਪੈਂਦੇ ਹਨ। ਜਦੋਂ ਬੰਦੇ ਦਾ ਨਾਮ ਦਾ ਬਲ ਟੁੱਟ ਜੇ ਨਾ ਉਦੋਂ ਕੋਈ ਨਾ ਕੋਈ ਨੌਬਤ ਆ ਕੇ ਖੜੀ ਹੁੰਦੀ ਹੈ। ਬਲ ਛੁੱਟ ਗਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਰ ਤਰੀਕਾ ਵੀ ਕੋਈ ਨਹੀਂ ਬਚਦਾ, ਉਹ ਉਪਾਅ ਕਰਨ ਦਾ ਤਰੀਕਾ ਵੀ ਨਹੀਂ ਬਚਦਾ ਜਦੋਂ ਬਲ ਟੁੱਟਿਆ ਹੋਇਆ। ਅੱਜ ਇਹੀ ਗੱਲ ਬਣੀ ਹੋਈ ਸਿੱਖ ਪੰਥ ਤੇ। ਆਪਣੇ ਆਪਣੇ ਰਾਹ ਸਾਰੇ ਚਲਾਈ ਜਾ ਰਹੇ ਹਨ, ਕੋਈ ਕਹਿੰਦਾ ਆਹ ਚੰਗਾ ਮੇਰੀ ਮਰਜ਼ਾਦਾ ਠੀਕ, ਕੋਈ ਕਹਿੰਦਾ ਸਾਡੀ ਮਰਜ਼ਾਦਾ ਠੀਕ, ਕੋਈ ਕਹਿੰਦਾ ਸਾਡੀ ਮਰਜ਼ਾਦਾ ਠੀਕ, ਸਾਰੇ ਮਰਜ਼ਾਦਾ ਤੇ ਜ਼ੋਰ ਲਾ ਕੇ ਲੜੀ ਜਾਂਦੇ। ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਹੇ ਗੁਰੂ ਗ੍ਰੰਥ ਸਾਹਿਬ ਜੀ, ਇਸ ਤਰ੍ਹਾਂ ਦੀ ਨੌਬਤ ਬਣ ਗਈ, ਇੱਕ ਬਾਪ ਮੰਜੀ ਤੇ ਬੈਠਾ ਹੋਵੇ, ਉੱਠ ਨਹੀਂ ਸਕਦਾ ਵਿਚਾਰਾ, ਪਰ ਸਾਹਮਣੇ ਦੋ ਪੁੱਤ ਝੱਗੀ ਜਾਣ, ਇੱਕ ਦੂਜੇ ਦੇ ਕੇਸ ਫੜੀ ਜਾਣ, ਝੱਗੇ ਪਾਈ ਜਾਣ, ਫਿਰ ਬਾਪ ਦਾ ਦਿਲ ਜਾਣੂਗਾ ਨਾ ਉਹ ਕਿੰਨਾ ਕੁ ਉਹਦੇ ਦਿਲ 'ਤੇ ਦਰਦ ਹੁੰਦਾ ਹੁੰਦਾ। ਜਦੋਂ ਇਹਦੀ ਹਜ਼ੂਰੀ 'ਚ ਅੱਜ ਜੋ ਕੁਝ ਹੋ ਰਿਹਾ, ਸਭ ਤੋਂ ਵੱਡਾ ਸਥਾਨ ਤਾਂ ਸਾਡਾ ਹਰਿਮੰਦਰ ਸਾਹਿਬ ਹੈ ਨਾ, ਉੱਥੇ ਵੀ ਹੋ ਰਿਹਾ, ਕੋਈ ਥਾਂ ਬਚੀ ਨਹੀਂ। ਕਿਉਂ ਹੋਇਆ ਇਹ? ਹੋ ਕਿਉਂ ਰਿਹਾ? ਅਸਲੀ ਤੈਅ ਇਸ 'ਚ ਜਾਣਾ ਪੈਂਦਾ ਸਾਨੂੰ, ਹੋ ਕਿਉਂ ਰਿਹਾ? ਅਤੇ ਦੱਸ ਬੇਨਤੀ ਕਰਦਾ ਹੋ ਤਾਂ ਰਿਹਾ ਗੁਰੂ ਤੇਗ ਬਹਾਦਰ ਸਾਹਿਬ, ਕਹਿੰਦੇ ਬਲ ਟੁੱਟ ਗਿਆ ਸਿੱਖ ਦਾ। ਕੋਈ ਸਮਾਂ ਸੀ ਸਿੱਖ ਜੰਗਲਾਂ 'ਚ ਰਹਿੰਦਾ ਸੀ, ਬੱਚੇ ਵੀ ਨਾਲ ਸੀ, ਅਤੇ ਖਾਲ ਦੇ ਵਿੱਚੋਂ ਇਸ਼ਨਾਨ ਕਰਕੇ ਵੀ ਅੰਮ੍ਰਿਤ ਵੇਲਾ ਸੰਭਾਲ ਲੈਂਦਾ ਸੀ, ਅੱਜ ਗੀਜਰ ਥੱਲੇ ਨਹਾ ਕੇ ਵੀ ਨਹੀਂ ਸੰਭਾਲਦਾ। ਤਾਂ ਦੁਖੀ ਆ, ਤਾਂ ਇਹ ਨੌਬਤਾਂ ਸਾਡੇ ਸਾਹਮਣੇ ਖੜੀਆਂ ਹੋਈਆਂ। ਹਰ ਸਿੱਖ ਪਰਿਵਾਰ ਦੇ ਬੱਚੇ ਆਖੇ ਨਹੀਂ ਲੱਗਦੇ ਕਿਉਂ ਬਲ ਟੁੱਟਿਆ ਹੋਇਆ। ਜਿਹਦੇ ਸਾਹਿਬ ਨੇ ਲਿਖਿਆ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਹਰ ਬੰਦਾ ਅੰਦਰ ਬਹਿ ਕੇ ਰੋ ਰਿਹਾ ਵੀ ਮੇਰੀ ਔਲਾਦ ਨਹੀਂ ਇੱਥੇ ਲੱਗੀ। ਇੱਕ ਸ਼ਬਦ ਪਾਪਾ ਪੜ੍ਹ ਰਿਹਾ ਸਨ, ਚਿੰਤਾ ਤਾਂ ਕੀਜੀ ਹੈ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਬਹਿਣ ਦਾ ਸਮਾਂ ਨਹੀਂ ਲੱਗਿਆ, ਜੰਗਲ ਬਣ ਗਿਆ ਸੰਸਾਰ, ਇਹ ਤਾਈਓ ਨੌਬਤਾਂ ਆਈਆਂ। ਨਿਤਨੇਮ ਨਹੀਂ ਕਰਦਾ, ਸਵੇਰੇ ਉੱਠ ਕੇ ਅਖਬਾਰ ਪੜ੍ਹਨ ਲੱਗ ਪੈਂਦਾ, ਨਿਤਨੇਮ ਨਹੀਂ ਕਰਦਾ। 80% ਅੱਜ ਨਿਤਨੇਮ ਕਰਦਾ ਸੀ ਵਾਹਿਗੁਰੂ ਜੀ, 20% ਨਿਤਨੇਮ ਕਰਦਾ, 80% ਨਿਤਨੇਮ ਨਹੀਂ ਕਰਦੇ ਲੋਕ। ਕਦੇ ਉਹ ਜੰਗਲਾਂ ਤੋਂ ਖਾਲ ਤੋਂ ਸਦੇ ਰੋਜ਼ ਬੇਨਤੀ ਕਰਦਾ, ਪੈਰਾਂ 'ਤੇ ਸਿਰ ਰੱਖ ਕੇ ਸੰਗਤਾਂ ਦੇ ਕਰਨਾ, ਹਰ ਪਰਿਵਾਰ ਵਿੱਚੋਂ ਅੰਮ੍ਰਿਤ ਵੇਲੇ ਉੱਠ ਕੇ 10-20 ਮਿੰਟ ਵਾਹਿਗੁਰੂ ਵਾਹਿਗੁਰੂ ਰੱਬ ਦਾ ਸਿਮਰਨ ਕਰਿਆ ਕਰੋ, ਤਾਂ ਕਿ ਸਾਡੇ ਘਰਾਂ 'ਚ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼
ਤਨ ਮਾਹੇ ਵਟਾਵੋ, ਭਾਂਡੇ ਨਹੀਂ ਲੜਦੇ ਘਰਾਂ ਦੀਆਂ, ਪੇਟੀਆਂ ਨਹੀਂ ਲੜਦੀਆਂ, ਕੰਧਾਂ ਕੋਠੇ ਨਹੀਂ ਲੜਦੇ, ਲੜਦਾ ਤਨ ਲੜਦਾ ਬੰਦੇ ਦਾ, ਝਗੜਦਾ ਜਿਹੜਾ ਕਲੇਸ਼ ਪੈਂਦਾ ਇਹ ਤਨ ਚੋਂ ਪੈਂਦਾ, ਇਹ ਮੁੱਕ ਸਕਦਾ ਜੇ ਕਦੇ ਸਿੱਖ ਸਿਮਰਨ ਕਰਨ ਲੱਗ ਪੈਣ ਤਾਂ। ਸਿਮਰੋ ਸਿਮਰ ਸਿਮਰ ਸੁਖ ਬਾਬੂ, ਗੁਰਬਾਣੀ ਝੂਠ ਨਹੀਂ ਨਾ ਸੱਚ ਹੈ, ਬਿਪਤ ਤਾਂ ਸਿੱਧਾ ਹੀ ਲਿਖਿਆ ਸਾਹਿਬ ਨੇ, ਬਿਪਤਾ ਉੱਥੇ ਪੈਂਦੀ ਜਾਂ ਹਰ ਸਿਮਰਨ ਨਹੀਂ ਜਿੱਥੇ ਗੁਰੂ ਦਾ ਸਿਮਰਨ ਨਹੀਂ। ਇੱਕ ਮਿੰਟ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਕਰਦਾ, ਸਰਦਾਰ ਰਤਨ ਸਿੰਘ ਦੀ ਯਾਦ ਵਿੱਚ ਇੱਕ ਮਿੰਟ ਆਪਾਂ ਸਿਮਰਨ ਕਰਨਾ। ਦੁਨੀਆਂ ਦੀ ਕੋਈ ਚੀਜ਼ ਨਹੀਂ ਪਰਲੋਕ ਵਿੱਚ ਪਹੁੰਚਦੀ, ਇੱਕ ਵਾਹਿਗੁਰੂ ਦਾ ਸਿਮਰਨ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਹੋਏ ਰਖਵਾਲੇ। ਇੱਕ ਰੱਬ ਦਾ ਸਿਮਰਨ ਜਿਹੜਾ ਨਾ, ਰਾਜੇ ਜਨਕ ਨੂੰ ਜਦੋਂ ਲੈ ਕੇ ਗਏ ਸੀ ਨਾ ਪਰਲੋਕ 'ਚ, ਇਹ ਲਿਖਿਆ ਬਾਣੀ 'ਚ, ਜਾਂ ਮਹਾਂ ਭਿਆਨ ਦੂਤ ਜਮ ਦਲੇ ਤਾਂ ਕੇਵਲ ਨਾਮ, ਕੇਵਲ ਨਾਮ ਸੰਗ ਤੇਰੇ ਚਲੇ। ਰਾਜਾ ਜਨਕ ਨੂੰ ਜਦੋਂ ਲੈ ਕੇ ਗਏ ਪਰਲੋਕ 'ਚ, ਤੇ ਉਹ ਕਹਿੰਦਾ ਇੱਧਰ ਰੋਈ ਕਿਉਂ ਜਾਂਦੇ ਸਾਰੇ ਲੋਕ ਬੈਠੇ। ਉਹਨਾਂ ਨੇ ਕਿਹਾ ਇਹ ਅੰਮ੍ਰਿਤ ਵੇਲੇ ਨਹੀਂ ਉੱਠਦੇ ਰਹੇ, ਇਹਨਾਂ ਨੇ ਕਦੀ ਨਿਤਨੇਮ ਨਹੀਂ ਕੀਤਾ। ਇਹ ਸਵੇਰੇ ਉੱਠ ਕੇ ਕਬਰਾਂ ਪੂਜਣ ਤੁਰ ਜਾਂਦੇ ਸੀ, ਰਾਤ ਨੂੰ ਰਹਿ ਰਸ ਵੇਲੇ ਠੇਕਿਆਂ 'ਤੇ ਤੁਰ ਜਾਂਦੇ ਸੀ, ਇਹਨਾਂ ਦੀ ਤਾਂ ਇਹ ਹਾਲਤ ਆ। ਉਹਨੇ ਕਿਹਾ ਇਹਨਾਂ ਨੂੰ ਛੱਡੋ ਵਿਚਾਰਿਆਂ 'ਤੇ, ਤਰਸ ਕਰੋ। ਤਰਸ ਪਿਆ, ਮੇਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਉਹਨੇ ਕਿਹਾ ਛੱਡ ਕੇ ਛੱਡੀਏ ਕਿਵੇਂ, ਇਹਦੇ ਬਦਲੇ ਵੀ ਦੇਵੋਗੇ ਤੇ ਛੱਡਾਂਗੇ। ਉਹਨੇ ਕਿਹਾ ਕੀ ਚਾਹੀਦਾ, ਅਤੇ ਉਹਨਾਂ ਨੇ ਕਿਹਾ ਸੀ ਇਹਨਾਂ ਬਦਲੇ ਨਾਮ ਚਾਹੀਦਾ। ਤੇ ਰਾਜੇ ਜਨਕ ਨੇ ਕਿਹਾ ਸੀ ਇੱਕ ਘੜੀ ਜਿਹੜਾ ਮੈਂ ਜ਼ਿੰਦਗੀ 'ਚ ਸਿਮਰਨ ਕੀਤਾ, ਇੱਕ ਘੜੀ ਉਹ ਨਾਮ, ਇੱਕ ਘੜੀ ਦਾ ਇਹਨਾਂ ਨੂੰ ਦੇ ਦਿਓ, ਉਹਦਾ ਫਲ ਇਹਨਾਂ ਨੂੰ ਦੇ ਦਿਓ। ਭਾਈ ਗੁਰਦਾਸ ਨੇ ਕਿਹਾ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਇੱਕ ਘੜੀ ਕੇ ਸਿਮਰਨੇ ਲੱਖ ਪਾਪੀ ਤਰੇ ਅਨੇਕ, ਇਹ ਘੜੀ ਦਾ ਸਿਮਰਨ ਦੇ ਕੇ ਸਾਰੇ ਨਰਕਾਂ 'ਚੋਂ ਜੀਵ ਕੱਢਤੇ ਰਾਜੇ ਜਨਕ ਨੇ। ਮੈਂ ਕਹਿੰਦਾ ਕਿੰਨਾ ਕੁ ਮਹਾਨ ਪੁਰਖ ਹੋਣਾ, ਉਹ ਰਾਜਾ ਵੀ ਹੋਵੇ ਅਤੇ ਨਾਮ ਵੀ ਜਪਦਾ ਹੋਵੇ। ਰਾਜੇ ਨਾਮ ਨਹੀਂ ਜਪਦੇ, ਉਹ ਕਹਿੰਦੇ ਸਾਡਾ ਨਹੀਂ ਕੰਮ ਨਾਮ ਜਪਣਾ, ਇਹ ਤਾਂ ਗਰੀਬਾਂ ਗਰੂਬਾਂ ਦਾ ਕੰਮ ਹੁੰਦਾ। ਅਸੀਂ ਇਹੀ ਸੋਚਦੇ ਜਿਹਨਾਂ ਨੇ ਭਾਠੀ ਬੰਨਾ, ਭਾਈ ਬੰਨਾ, ਬਾਣੀ ਕੋਈ ਬਾਣੀ ਪੜ੍ਹਨ, ਸਾਡਾ ਥੋੜ੍ਹੀ ਕੰਮ ਅਸੀਂ ਬਾਣੀ ਪੜ੍ਹੀਏ, ਅਸੀਂ ਕਿਹੜਾ ਭਾਈ ਬੰਨਾ, ਅਸੀਂ ਵੀ ਇਹੀ ਸੋਚਦੇ। ਰਾਜੇ ਵੀ ਇਹ ਸੋਚਦੇ ਸੀ ਇਹ ਪ੍ਰਜਾ ਦਾ ਕੰਮ ਹੁੰਦਾ ਨਾਮ ਜਪੇ ਰਾਜੇ ਦਾ। ਥੋੜ੍ਹਾ ਕੋਈ ਕੋਈ ਮਹਾਂਪੁਰਖ, ਕੋਈ ਕੋਈ ਰਾਜਾ ਹੋ ਸਕਦਾ ਮਹਾਰਾਜਾ ਰਣਜੀਤ ਸਿੰਘ ਵਰਗਾ, ਜਿਹੜਾ ਕਵੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਆਈਏ ਫਿਰ ਚੱਲਾਂਗੇ ਮਹਿਮ ਤੇ। ਪਹਿਲਾਂ 8 ਦਿਨ ਕੁੱਤੇ ਦੇ ਗਲ ਵਿੱਚ ਨਾ ਕੈਂਠਾ ਪਾ ਕੇ ਛੱਡਤਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ, ਕਹਿੰਦਾ ਜੇ ਕੈਂਠਾ ਲੈ ਗਿਆ ਤੇ ਮੈਂ ਰਾਜ ਛੱਡ ਦੂੰਗਾ। 8 ਦਿਨ ਕੈਂਠਾ ਲਾਇਆ ਕਿ ਕੁੱਤਾ ਫਿਰਦਾ ਰਿਹਾ, ਕਿਸੇ ਕੈਂਠਾ ਨਹੀਂ ਲਾਇਆ ਸੀ। ਇੱਥੇ ਮੱਸਿਆ ਤੇ 20 ਦੀਆਂ ਵਾਲੀਆਂ ਲੈ ਜਾਂਦੀਆਂ, 20 ਭੈਣਾਂ ਦੇ ਕੰਨ ਤੋੜ ਕੇ ਲੈ ਜਾਂਦੇ ਲੋਕ। 8 ਦਿਨ ਕੈਂਠਾ ਪਾ ਕੇ ਤੁਰਿਆ ਫਿਰਿਆ, ਕੁੱਤੇ ਦੇ ਗਲੋਂ ਨਹੀਂ ਕਿਸੇ ਲਾਇਆ। ਕਹਿੰਦਾ ਮੈਂ ਰਾਜ ਛੱਡ ਦੂੰ ਜੇ ਚੋਰੀ ਹੋ ਗਈ ਮੇਰੇ ਰਾਜ ਤੋਂ, ਅੱਜ ਤੁਸੀਂ ਮੰਡੀ ਜਾਣ ਤੋਂ ਪਹਿਲਾਂ ਤੁਹਾਨੂੰ ਲੁੱਟ ਲੂ ਕੋਈ। ਉਸ ਮਹਾਂਪੁਰਖ ਦੇ ਕੋਲ ਕੀ ਸੀ, ਰੱਬ ਦੀ ਬੰਦਗੀ ਸੀ। ਇੱਕ ਮਿੰਟ ਵਾਸਤੇ ਸਾਰੇ ਹੱਥ ਜੋੜੋ, ਸੀਸ ਗੁਰੂ ਗ੍ਰੰਥ ਸਾਹਿਬ ਨੂੰ ਨਵਾ ਕੇ ਸਾਰੇ ਜਪੋ। ਸਰਦਾਰ ਰਤਨ ਸਿੰਘ ਦੀ ਯਾਦ ਵਿੱਚ ਆਪਾਂ ਇਹ ਜਪਣਾ, ਇਹ ਸ਼ਰਧਾਂਜਲੀ ਢਾਲੀ ਹੈ ਹੀ ਆ। ਗ੍ਰੰਥੀ ਸਿੰਘ ਅਰਦਾਸ ਇਕੱਲਾ ਕਰਦਾ ਪਰ ਤੁਹਾਨੂੰ ਕੀ ਕਹਿੰਦਾ, ਬੋਲੋ ਜੀ, ਇਹਨੂੰ ਕਹਿੰਦੇ ਬਿਰਤੀ ਕਦੇ ਨਾ ਹੋਈ ਜਾਣ ਕੀ ਅਰਦਾਸ। ਇੱਕ ਮਿੰਟ ਸਾਰੇ ਜਪੋ, ਵਾਹ ਗੁਰੂ, ਭੈਣੋ ਤੁਸੀਂ ਵੀ ਜਪੋ, ਵਾਹ ਗੁਰੂ, 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 ਵਾਹ।
ਗੁਰੂ ਵਾਹਿਗੁਰੂ, 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 ਕਹਿ ਕੇ ਸਮਾਪਤੀਆਂ ਕਰਦਾ। ਜਬ ਲਗ ਹੁਕਮ ਨਾ ਬੂਝਤਾ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਬੰਦਾ ਦੁਖੀ ਕਿੰਨਾ ਚਿਰ ਹੁੰਦਾ ਜਿੰਨਾ ਚਿਰ ਹੁਕਮ ਨਹੀਂ ਬੁੱਝਦਾ ਪਰਮਾਤਮਾ ਦਾ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰੂ ਨੂੰ ਮਿਲ ਕੇ ਜਿੱਦਣ ਹੁਕਮ ਦੀ ਪਛਾਣ ਆ ਗਈ ਉਦਣ ਸੁਖੀ ਹੋ ਗਿਆ। ਤੇ ਹੁਕਮ ਕੀ ਆ? ਸਭ ਤੋਂ ਪਹਿਲਾਂ ਹੁਕਮ ਉਸ ਮਰਦ ਨੇ ਕੀਤਾ ਸੀ ਜਿੱਦਣ ਆ ਦੁਨੀਆਂ ਛੱਡੀ ਉਹਨੇ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੇ। ਜਿੱਦਾਂ ਦੁਨੀਆਂ ਛੱਡੀ ਸੀ, ਸਿੱਖ ਕੋਲੇ ਬੈਠੇ ਸੀ, ਮਹਾਰਾਜ ਅੱਜ ਤੋਂ ਬਾਅਦ ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਹੋ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਮੈਂ ਤੁਹਾਡੀ ਬਾਂਹ ਇਸੇ ਗੁਰੂ ਨੂੰ ਫੜਾ ਚੱਲਿਆ, ਅੱਜ ਤੁਹਾਡੀ ਫੜੂਗਾ। ਨਾ ਇਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਹੀਂ ਕੋਈ, ਨਾ ਕੋ ਹੋਵਾ ਨਾ ਕੋ ਹੋਈ। ਸਾਹਿਬ ਨੇ ਕਿਹਾ ਸੀ ਮੈਂ ਤੁਹਾਡੀ ਬਾਂਹ ਸਭ ਤੋਂ ਫੜਾ ਦਿੱਤੀ ਹੈ ਇਸੇ ਗੁਰੂ ਨੂੰ। ਉਹਨਾਂ ਕਿਹਾ ਮਹਾਰਾਜ ਤੁਹਾਡੇ ਸਰੀਰਕ ਦਰਸ਼ਨ ਕਿਵੇਂ ਕਰਾਂਗੇ? ਤੇ ਸਤਿਗੁਰੂ ਨੇ ਕਿਹਾ ਸੀ ਪੰਜ ਗੁਰਸਿੱਖਾਂ ਨੂੰ ਲਿਆ ਕੇ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਨਗੇ ਤੇ ਤੁਸੀਂ ਉਹਨਾਂ ਦੇ ਦਰਸ਼ਨ ਕਰੋਗੇ ਤੇ ਮੇਰੇ ਦਰਸ਼ਨ ਹੋ ਜਾਣਗੇ। ਤੇ ਸਿਰ ਕਹਿਣ ਲੱਗੇ ਮਹਾਰਾਜ ਪੰਜਾਂ ਦੇ ਇਹ ਮਿਲੇ ਨਾ, ਪੰਜ ਫਿਰ ਕੀ ਕਰਾਂਗੇ? ਤੇ ਸਾਹਿਬ ਨੇ ਕਿਹਾ ਚੱਲ ਇੱਕ ਲੱਭ ਕੇ ਲੈ ਜਾਓ। ਇੱਕ ਗੁਰਸਿੱਖ ਨੂੰ ਲਿਆ ਕੇ ਜਲ ਪਾਣੀ ਛਕਾ ਕੇ ਉਹਨੂੰ ਕਿਹਾ ਤੁਸੀਂ ਅਰਦਾਸ ਕਰੋ ਦਾਣਾ ਪਾਣੀ ਗੁਰੂ ਕਾ, ਟਹਿਲ ਭਾਂਗ ਦੀ ਸੇਵਾ ਗੁਰਸਿੱਖਾਂ ਦੀ ਲੇਖੇ ਲਾਉਣੀ, ਜਦੋਂ ਉਹ ਕਹੂਗਾ ਨਾ ਤੇ ਮੇਰੇ ਉਹਦੇ ਵਿੱਚੋਂ ਦਰਸ਼ਨ ਹੋ ਜਾਣਗੇ। ਤੇ ਸਿਫਾਸੀ ਮੈਂ ਖੁਦ ਵਿੱਚੋਂ ਦਿਸੂਗਾ ਜਿੱਦਾਂ ਤੂੰ ਨਿਤਨੇਮ ਦੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਵੇਲੇ ਨਾਮ ਜਪ ਕੇ ਦਸਤਾਰ ਸਜਾ ਕੇ ਸ਼ੀਸ਼ੇ ਦੇ ਸਾਹਮਣੇ ਹੋ ਕੇ ਵੇਖੇਗਾ ਨਾ, ਤੈਨੂੰ ਸ਼ੀਸ਼ੇ ਵਿੱਚੋਂ ਮੇਰਾ ਮੂੰਹ ਦਿਸੂਗਾ, ਮੈਂ ਤੇਰੇ ਵਿੱਚੋਂ ਦਿਸੂਗਾ ਸਿੱਖਾ। ਅਸੀਂ ਆਪਣੇ ਵਿੱਚੋਂ ਖੁਦ ਉਸ ਗੁਰੂ ਗੋਬਿੰਦ ਸਿੰਘ ਸਾਹਿਬ ਮਰਦ ਦੇ ਦਰਸ਼ਨ ਕਰ ਸਕਦੇ ਖੁਦ। ਦੁਖੀ ਕਿਉਂ ਆ? ਦੁਖੀ ਇਸੇ ਕਰਕੇ ਹੁਕਮ ਨਹੀਂ ਬੁੱਝਿਆ। ਉਹਦਾ ਸਭ ਤੋਂ ਪਹਿਲਾ ਹੁਕਮ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ। ਅੱਜ ਹਰ ਰੁੱਖ ਥੱਲੇ ਲੋਕ ਕਬਰ ਬਣਾ ਕੇ ਮੱਟੀ ਬਣਾ ਕੇ ਬੈਠਾ ਦੁੱਖ ਖੇਤਾਂ ਤੇ। ਜਿਹੜਾ ਸਾਡਾ ਗੁਰੂ ਕਹਿ ਕੇ ਗਿਆ ਸੀ ਉਹਨੇ ਕਿਹਾ ਸੀ ਮੇਰੇ ਪੁੱਤਾਂ ਦੀ ਕੋਈ ਸਮਾਧ ਨਹੀਂ ਬਣਾਉਣੀ, ਨਾ ਮੇਰੀ ਕੋਈ ਮਾਂ ਦੀ, ਕੋਈ ਕਿਸੇ ਦੀ ਨਹੀਂ, ਬਸ ਤੁਸੀਂ ਇਹਦੇ ਲੜ ਲੱਗ ਜਾਓ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਦੂਜੀ ਗੱਲ ਸਾਹਿਬ ਨੇ ਕਿਹਾ ਸੀ ਜਿਹੜਾ ਮੇਰਾ ਸਿੱਖ ਹੋ
ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ ਸੋ ਬਿਸ਼ਟਾ ਕਾ ਕਿਰਮ ਹੋਏ। ਜਿਹੜਾ ਮੇਰਾ ਸਿੱਖ ਹੋਇਆ ਉਹ ਜਪਜੀ ਸਾਹਿਬ ਦੇ ਜਾਪ ਸਾਹਿਬ ਦਾ ਪਾਠ ਕੀਤੇ ਬਿਨਾਂ ਰੋਟੀ ਨਾ ਖਾਈ, ਜਿਹੜਾ ਖਾਊਗਾ ਗੰਦਗੀ ਦਾ ਕੀੜਾ ਬਣੂਗਾ। ਭਾਈ ਨੰਦ ਲਾਲ ਨੇ ਪੁੱਛਿਆ ਸੀ ਮਹਾਰਾਜ ਸਿੱਖ ਦੇ ਕੀ ਗੁਣ ਨੇ, ਸਾਹਿਬ ਨੇ ਕਿਹਾ ਸੀ ਮੇਰਾ ਸਿੱਖ ਜਪਜੀ ਸਾਹਿਬ ਤੇ ਜਾਪ ਸਾਹਿਬ ਬਿਨਾਂ ਰੋਟੀ ਨਾ ਖਾਈ। ਮੈਂ ਵੀ ਧਿਆਨ ਕਰਦਾ ਕਦੀ ਜਾਪ ਸਾਹਿਬ ਦਾ ਪਾਠ ਕੀਤਾ ਵੀ ਨਹੀਂ, ਤੁਸੀਂ ਵੀ ਕਰ ਲਓ ਜੇ ਨਹੀਂ ਕੀਤਾ ਤਾਂ ਸਵੇਰ ਤੋਂ ਸ਼ੁਰੂ ਕਰ ਲਓ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਤੀ ਬੋੜ ਪਿਤਾ ਗਲ ਲਾਵੇ। ਇਹ ਲਿਖਿਆ ਭਾਈ ਨੰਦ ਲਾਲ ਨੂੰ ਆਪਣੀ ਕਲਮ ਨਾਲ ਲਿਖਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਬਿਨ ਜਪ ਜਾਪ ਲੋਕੀ ਕਹਿੰਦੇ ਜਾਪ ਸਾਹਿਬ ਦੀ ਬਾਣੀ ਨਹੀਂ ਦੱਸਣੀ ਪਾਤਸ਼ਾਹ ਕਿਉਂ ਨਿਤਨੇਮ ਦੀਆਂ ਬਾਣੀਆਂ ਸੰਗਤਾਂ ਨੂੰ ਸੁਣਾਏ ਤੇ ਸਿੱਖ ਜਾ ਕੇ ਸੁਣ, ਨਾ ਤਾਂ ਸੰਗਤਾਂ ਸੁਣਨ ਵਾਸਤੇ ਪਹੁੰਚਦੀਆਂ ਤੇ ਨਾ ਗ੍ਰੰਥੀ ਸਿੰਘ ਪੰਜ ਪੜਦਾ, ਉਹ ਵੀ ਜਪਜੀ ਸਾਹਿਬ ਤੇ ਦੋ ਸੰਗੋਣੀ ਸਾਹਿਬ ਦੀਆਂ ਪੜੀਆਂ ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਤੇ ਅਰਦਾਸ ਹੋਈ ਜਾਂਦੀ। ਕੋਈ ਸਾਰਿਆਂ ਚ ਨਹੀਂ ਨਿਤਨੇਮ ਦੀਆਂ 5 ਬਾਣੀਆਂ ਵੀ ਪੜਦਾ। ਇਹ ਸਿੱਖਾਂ ਨੂੰ ਕਿਉਂ ਲਾਗੂ ਕੀਤਾ ਸੀ ਕਾਨੂੰਨ ਸਤਿਗੁਰੂ ਨੇ ਕਿ ਜਿਹੜਾ ਸਿੱਖ ਨਹੀਂ ਪੜ੍ਹਨੀ ਜਾਣਦਾ ਉਹ ਗੁਰੂ ਘਰ ਜਾ ਕੇ ਸੁਣ ਲੂਗਾ। ਹਰੇਕ ਗੁਰਦੁਆਰੇ ਸਾਹਿਬ ਵਿੱਚ 5 ਬਾਣੀਆਂ ਦਾ ਅੰਮ੍ਰਿਤ ਵੇਲ ਦਾ ਨਿਤਨੇਮ, ਸ਼ਾਮ ਨੂੰ 2 ਰਹਿਰਾ ਸਾਹਿਬ, 16 ਸਾਹਿਬ ਦੀ ਬਾਣੀ ਹੋਣੀ ਜ਼ਰੂਰੀ ਹੈ। ਇਹ ਗੁਰਦੁਆਰੇ ਸਾਹਿਬ ਵੇਖਣ ਵਾਸਤੇ ਨਹੀਂ ਬਣਾਏ, ਇਹਦੀ ਕੋਈ ਮਰਜ਼ਾਦਾ ਹੈ, ਇਹਦੀ ਮਰਜ਼ਾਦਾ ਬਹਾਲ ਕਰਾਈਏ। ਆਪਾਂ ਨਹੀਂ ਕਰਾਈ ਤਾਂ ਕਰਾਉਣੀ ਚਾਹੀਦੀ, ਸਾਨੂੰ ਕਹਿ ਕੇ ਕਰਾਉਣੀ ਚਾਹੀਦੀ ਵੀ ਇਹ ਕਿਉਂ ਨਹੀਂ ਹੁੰਦਾ। ਉਹਨੂੰ ਯੋਗਤਾ ਮੁਤਾਬਕ ਤਨਖਾਹ ਦਿਓ, ਉਹਦਾ ਖਰਚਾ ਪਾਣੀ ਦਿਓ ਤੇ ਚੰਗਾ ਗ੍ਰੰਥੀ ਸਿੰਘ ਰੱਖ ਕੇ ਇਹਦੇ ਕੋਲ ਸੁਣੋ ਨਿਤਨੇਮ ਦੀਆਂ ਸ਼ੁੱਧ ਬਾਣੀਆਂ ਦਾ ਪਾਠ, ਤੁਹਾਡੀਆਂ ਪੀੜ੍ਹੀਆਂ ਦਾ ਵੀ ਨਾ ਪਲਾ ਹੋਵੇ ਤੇ ਮੇਰਾ ਸਿਰ ਕੱਟ ਦੇਣਾ। ਅੱਜ ਸਿੱਖੀ ਵਿਖਾਵਾ ਬਣ ਕੇ ਰਹਿ ਗਈ, ਇਕੱਲਾ ਵਿਖਾਵਾ ਬਣ ਕੇ ਰਹਿ ਗਿਆ। ਜੇ ਸਿੱਖੀ ਕੋਈ ਅੰਦਰੋਂ ਕਮਾਉਣ ਲੱਗ ਪਏ ਤੇ ਸਾਹਿਬ ਨੇ ਕਿਹਾ ਸੀ ਮੈਂ ਤੁਹਾਡੇ ਸਦਾ ਅੰਗ ਸੰਗੇ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ, ਸਾਰਾ ਜਬੇ ਗਏ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਆਪਾਂ ਗੁਰੂ ਨਾਲ ਜੁੜੀਏ ਸਾਰੇ। ਸਰਦਾਰ ਰਤਨ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਤੁਸੀਂ ਬੜੇ ਬੜੇ ਮਹਾਨ ਸ਼ਖਸੀਅਤਾਂ, ਸਰਦਾਰ ਗੁਰਦੇਵ ਸਿੰਘ ਜੀ ਨੂੰ ਨੀ ਮਾਨ, ਹੋਰ ਵੀ ਸਰਦਾਰ ਪ੍ਰੀਤਮ ਸਿੰਘ ਜੀ ਪਾਠ, ਹੋਰ ਬੜੇ ਬੜੇ ਮਹਿਮਾਨ, ਮੈਂ ਸਭਨਾਂ ਦੇ ਨਾਂ ਜਾਣਦਾ ਨਹੀਂ। ਮੈਨੂੰ ਵੀ ਬਹੁਤ ਦੁੱਖ ਹੋਇਆ ਜਦੋਂ ਸਰਦਾਰ ਰਤਨ ਸਿੰਘ ਦੀ ਮੌਤ ਬਾਰੇ ਸੁਣਿਆ, ਕਿਉਂਕਿ ਮੇਰਾ ਵੀ ਪਰ ਉਹ ਵਾਹਿਗੁਰੂ ਦਾ ਜਿਹੜਾ ਹੁਕਮ ਆ ਉਹਦੇ ਹਰ ਮਨੁੱਖ ਨੂੰ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਲਿਆਉਣਾ ਪੈਂਦਾ। ਆਪਣੀ ਸਭਨਾਂ ਦੀ ਤਾਂ ਇਹ ਅਰਦਾਸ ਹੀ ਆ ਜਿਹੜਾ ਤੁਸੀਂ ਇੱਕ ਮਿੰਟ ਵਾਹਿਗੁਰੂ ਜਪਿਆ, ਇਹ ਲੱਖਾਂ ਗੁਨਾਹ ਸਰਦਾਰ ਰਤਨ ਸਿੰਘ ਦੀ ਜ਼ਿੰਦਗੀ ਦੇ ਮਾਫ਼ ਕਰਵਾ ਸਕਦਾ। ਸਾਡੀ ਰਸਨਾ 'ਚੋਂ ਇੱਕ ਮਿੰਟ ਦਾ ਵਾਹਿਗੁਰੂ ਜਿਹੜਾ ਲੱਖਾਂ ਗੁਨਾਹ ਮਾਫ਼ ਕਰਵਾ ਸਕਦਾ। ਅਤੇ ਇਹ ਆ ਜ਼ਰੂਰ ਹੁੰਦਾ ਜਿੱਥੇ ਬੰਦੇ ਵਿੱਚ ਚੰਗੇ ਗੁਣ ਹੁੰਦੇ ਭੁੱਲਾਂ ਵੀ ਉੱਥੇ ਹੁੰਦੀਆਂ। ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾਰ, ਹਰ ਬੰਦਾ ਕੋਈ ਮੈਂ ਵੀ ਨਹੀਂ ਬਾਂਹ ਖੜੀ ਕਰ ਸਕਦਾ ਵੀ ਮੇਰੇ 'ਚ ਕੋਈ ਗਲਤੀ ਨਹੀਂ। ਲੱਖਾਂ ਗਲਤੀਆਂ ਦਾ ਪੁਤਲਾ ਮਨੁੱਖ ਹੁੰਦੀਆਂ ਨੇ, ਪਰ ਸਤਿਗੁਰੂ ਬਖਸ਼ਾਂਦਾ ਬਖਸ਼ਣ ਹਾਰ ਲੇਖੇ ਕਦੇ ਨਾ ਛੁੱਟੀਏ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਬਖਸ਼ੰਦ ਨੇ ਜ਼ਰੂਰ ਬਖਸ਼ਣਗੇ ਸਰਦਾਰ ਰਤਨ ਸਿੰਘ ਜੀ ਨੂੰ, ਚੰਗੇ ਇਨਸਾਨ ਸੀ ਇਲਾਕੇ 'ਚ, ਚੰਗਾ ਉਹਨਾਂ ਨੇ ਆਪਣਾ ਨਾਮ ਕਮਾਇਆ, ਚੰਗੀ ਪਿਆਰ ਮਾਪਕ ਉਹਨਾਂ ਨੇ ਦੁਨੀਆਂ ਇਲਾਕੇ 'ਚ ਆਪਣਾ ਵੰਡਿਆ। ਬੜੇ ਬੜੇ ਸੱਜਣ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਸਾਰੇ ਤੁਸੀਂ ਆਏ ਹੋ, ਇਸ ਦੁੱਖ ਵਿੱਚ ਆ ਕੇ ਸ਼ਰੀਕ ਹੋਏ ਹੋ। ਪਰ ਇਹ 'ਚ ਸੱਚ ਦੀ ਗੱਲ ਦੀ ਨਿਆਂ ਦੀ ਨਹੀਂ ਕਰਦਾ, ਉਹ ਸਰਪੰਚ ਦੇ ਨੰਬਰਦਾਰ ਨਹੀਂ ਖਵਾਉਣ ਦੇ ਦੋ, ਪਰੇ ਵਿੱਚ ਨਾ ਕਰੇ ਨਿਆਂ ਜਿਹੜਾ ਉਹ ਸਰਪੰਚ ਕਾਹਦਾ ਨੰਬਰਦਾਰ ਕਾਹਦਾ, ਜਿਹੜਾ ਦੁੱਖ ਦੇ ਵੇਲੇ ਨਾ ਕੰਮ ਆਵੇ ਰਿਸ਼ਤੇਦਾਰ ਭਰਾ ਤੇ ਉਹ ਯਾਰ ਕਾਹਦਾ, ਜਿਹੜਾ ਨਿੰਦਿਆ ਕਰੇ ਗੁਰੂ ਆਪਣੇ ਦੀ ਹੁੰਦਾ ਦੁਸ਼ਟ ਪਾਪੀ, ਉਹ ਸੇਵਾਦਾਰ ਕਾਹਦਾ, ਉਹ ਦੁਸ਼ਟ ਪਾਪੀ ਹੁੰਦਾ ਜਿਹੜਾ ਕਵੇ ਬਾਣੀ ਗੁਰੂ ਨਹੀਂ ਹੁੰਦੀ, ਦੁਸ਼ਟ ਪਾਪੀ ਆ ਉਹ। ਤੇ ਬੜੇ ਲੋਕ ਜਿਹੜੇ ਕਹਿੰਦੇ ਬਾਣੀ ਗੁਰੂ ਕਿਵੇਂ ਹੋ ਗਈ, ਉਹ ਤਾਂ ਬੋਲਦਾ ਨਹੀਂ, ਜਿਉਂ ਬੁਲਾਏ ਤਿਉਂ ਨਾਨਕ ਦਾਸ ਬੋਲੇ। ਇਸ ਕਰਕੇ ਤੁਸੀਂ ਜਿੰਨੇ ਦੁੱਖ ਵਿੱਚ ਸ਼ਰੀਕ ਹੋਣ ਆਏ ਹੋ ਨਾ, ਇਸ ਕਰਕੇ ਪਰਿਵਾਰ ਵੱਲੋਂ ਆਪ ਜੀ ਦਾ ਧੰਨਵਾਦ ਹੈ, ਖਾਸ ਕਰਕੇ ਸਰਦਾਰ ਗੁਰਦੇਵ ਸਿੰਘ ਜੀ ਨੂੰ ਨੀ ਮਾਨ, ਉਹਨਾਂ ਦਾ ਵੀ
ਅੱਗੇ ਵੀ ਕਵਾਰ ਤੇ ਪੜਿਆ ਸੀ, ਅੱਗੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ, ਅੱਜ ਫਿਰ ਆਪਣੇ ਨੇਕਾਂ ਰਜੇਵੇ ਛੱਡ ਕੇ ਆ ਕੇ ਆਦਮੀਆਂ ਭਰਨ ਵਾਸਤੇ ਪਹੁੰਚੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਵਿਛੜੀ ਹੋਈ ਰੂਹ ਸਰਦਾਰ ਰਤਨ ਸਿੰਘ ਜੀ ਨੂੰ ਆਵਾਗਮਨ ਦੇ ਚੱਕਰ ਤੋਂ ਗੁਰੂ ਗ੍ਰੰਥ ਸਾਹਿਬ ਪਹੁੰਚਾਉਣ, ਸਾਨੂੰ ਸਭਨਾਂ ਨੂੰ ਭਾਣਾ ਮੰਨਦਾ, ਉਹਨਾਂ ਦੇ ਬੇਟੇ ਅਤੇ ਪਰਿਵਾਰ ਨੂੰ ਸਤਿਗੁਰੂ ਭਾਣਾ ਮੰਨਦਾ, ਵਾਲੂ ਉਦੋਂ ਬਖਸ਼ਿਸ਼ ਕਰੇ। ਤੇਰਾ ਭਾਣਾ ਤੂੰ ਮਨਾਏ ਜਿਸਨੂੰ ਮੋਹੇ ਦਿਆਲਾ, ਭਾਣਾ ਮੰਨਣਾ ਕੋਈ ਜ਼ਰੂਰਤ ਨਹੀਂ ਬੰਦੇ ਦੀ, ਉਹ ਵਾਹਿਗੁਰੂ ਦਾ ਸਮਰੱਥ ਗੁਰੂ ਸਿਰ ਹੱਥ ਧਰਿਓ, ਉਹ ਸਿਰ 'ਤੇ ਹੱਥ ਧਰ ਕੇ ਭਾਣਾ ਮਨਾਉਂਦਾ ਹੈ। ਗੁਰੂ ਕਿਰਪਾ ਕਰੇ, 50-55 ਸਾਲ ਦੀ ਕੋਈ ਉਮਰ ਨਹੀਂ ਹੁੰਦੀ, ਜਦੋਂ ਬੱਚਿਆਂ ਦੇ ਸਿਰ ਤੋਂ ਬਾਪ ਦਾ ਚਲੇ ਜਾਣਾ ਇਹ ਬੜਾ ਦੁੱਖ ਹੈ, ਪਰ ਉਹ ਵਾਹਿਗੁਰੂ ਆਪ ਹੀ ਭਾਣਾ ਮਨਾਉਂਦਾ, ਸਿੱਖ ਦੇ ਕੋਲੋਂ ਸਤਿਗੁਰੂ ਕਿਰਪਾ ਕਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਆਓ ਨਾਮ ਸਾਹਿਬ ਰਾਮ ਕਲੀ ਮਹਿਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਕਰਨੀ ਆਪੋ ਆਪਣੀ ਨੇੜੇ
ਕਰਦਿਆਂ ਵਿਚਾਰਾ ਕਰਦਿਆਂ ਸਤਿਗੁਰੂ ਸੰਗਤਾਂ ਬਖਸ਼ ਜੋਗ ਨੇ ਦਾ ਬਹੁਤ ਬਹੁਤ ਧੰਨਵਾਦ। ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਹਿਬ ਸੋ ਮੇਰ, ਫੁੱਲਾਂ ਚੁੱਕਾਂ ਦੀ ਮਾਫੀ ਪਾਓ, ਫਤਿਹ ਦੀ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਬਣੈ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ, ਪ੍ਰਥਮਾ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ, ਅਰਜਨ ਹਰ ਗੋਬਿੰਦਰੋਂ ਸਿਮਰੁ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਰਿੱਠੀ ਸਬਦ ਹੁਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵਾ ਧਾਈ, ਸਭ ਥਾਈ ਹੋਈ ਸਹਾਇ, ਦੀਵਾਲੀ ਸਭ ਥਾਈ ਹੋਈ ਸਹਾਇ, ਦਸੂ ਪਾਸਾਂ ਦੇ ਆਤਮਕ ਸਰੂਪਾ ਸ਼ਵਰ ਸ਼ਬਦ ਦੇ ਮਾਲਕਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਤਾਰਾ, ਪਿਆਰੀ ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਸਗਿਆ ਦੇਵ ਚਲਾਏ ਤਿਗ ਵਾਹੇ, ਦੇਖ ਕੇ ਨਿਰਠ ਕੀਤਾ ਤਿਨਾਂ ਪਿਆਰਿਆਂ ਸਜੈਰਾਂ ਦੀ ਪਵਿੱਤਰ ਕਮਾਈ ਦਾ ਸਦਕਾ, ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸਿੱਖ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਣਾ ਪੀਸ ਕੇ ਖਾਨੀ ਖਾਨੀ ਰੋਟੀ ਦੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਾਏ ਗਏ, ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਪਵਿੱਤਰ ਕਮਾਈ ਦਾ ਧਿਆਨ ਧਰ। ਪਿਆਰੀ ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਹਿ, ਦੇਵ ਦੇਵ ਫਤਿਹ। ਬਿਰਧ ਪੈ ਪੰਥ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਤਸ਼ਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ, ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮੱਤ ਜੀ ਮਤ ਪਾਤੇ ਰੱਖੇ ਆਪ ਵਾਹਿਗੁਰੂ, ਆਪਦੀ ਪੰਥ ਦੇ ਸਦਾ ਸਹਾਇ ਦਾਤਾਰ ਜੀਉ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਨਿਧਾਰਿਤ ਸੇਵਾ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਫਿਰ ਮਾਣਿਆਂ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਹੈ,
ਆਪ ਜੀ ਦਾ ਹੁਕਮ ਹੈ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਇ, ਘੱਲਿਆ ਵਰ ਨਾਨਕਾ ਸਦੇ ਉੱਠੀ ਜਾਏ ਦੇ ਮਹਾਂਵਾਕਾ ਨਾਲ। ਸਰਦਾਰ ਰਤਨ ਸਿੰਘ ਜੀ, ਸਰਪੰਚ ਸਾਹਿਬ ਜੀ ਮਹਾਰਾਜ, ਜੀਵਨ ਯਾਤਰਾ ਕਰਦੇ ਹੋਏ ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਦੇ ਹੋਏ ਪਰਿਵਾਰਾਂ ਨਾਲੋਂ, ਰਿਸ਼ਤੇਦਾਰਾਂ ਨਾਲੋਂ ਵਿਛੋੜਾ ਪਾਉਂਦਿਆਂ ਹੋਇਆ ਆਪ ਜੀ ਦੇ ਚਰਨਾਂ 'ਚ ਜਾਪ ਰਾਜੇ ਹਨ। ਪਿੱਛੋਂ ਤਥਾ ਸਾਰੇ ਪਰਿਵਾਰ ਨੇ ਮਹਾਰਾਜ ਆਪ ਜੀ ਦਾ ਉਲਟਾ ਸਰ ਲੈਂਦਿਆਂ ਹੋਇਆ ਧੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦਾ ਸਹਿਜ ਪਾਠ ਪ੍ਰਾਰੰਭ ਕਰਵਾਇਆ ਸੀ। ਭੋਗ ਪਏ ਹਨ ਖੁੱਲ੍ਹੇ ਪੰਡਾਲਾਂ ਦੇ ਵਿੱਚ ਆਪ ਦਰਸ਼ਨ ਦਿਦਾਰੇ ਬਖਸ਼ ਕੀਤੇ ਹਨ ਮਹਾਰਾਜ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਇ ਧਿਆਨਾਂ ਦੇ ਮਹਾਂਵਾਕਾਂ ਨਾਲ ਅਲਾਹੀ ਬਾਣੀ ਦਾ ਕੀਰਤਨ ਹੋਇਆ ਮਹਾਰਾਜ। ਗੁਰਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਨੀ, ਗੁਰਬਾਣੀ ਪੜ੍ਹੀ ਸੁਣਦਾ ਭਾਵ ਸਰਦਾਰ ਅਦਰ ਸਿੰਘ ਦੀ ਰੂਹ ਬਖਸ਼ ਕਰਨਾ, ਪਿੱਛੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨ ਦਾ ਨਾਮ ਜਪਣ ਦਾ ਬਲ ਬਖਸ਼ ਕਰਨਾ, ਇਸ ਘਰ ਦੇ ਵਿੱਚੋਂ ਦੁੱਖਾਂ ਦਲਿੱਦਰਾਂ ਦਾ ਨਾਸ ਕਰਨਾ, ਭਜਨ ਗੁਰਬਾਣੀ ਦਾ ਪ੍ਰਤਾਪ ਕਰਨਾ ਗੁਰਮੁਖ ਪਰਿਵਾਰਾਂ ਵੱਲੋਂ। ਆਪ ਜੀ ਨੂੰ ਬਹੁਤ ਸੋਹਣੇ ਸੁੰਦਰ ਪਿਛਾਕੇ ਬਣਾਏ ਜਾਂਦੇ ਹਨ, ਆਪ ਜੀ ਦੇ ਅੰਗ ਸੁਹਾਵੜੇ ਹੋਣ। ਗੁਰਮੁਖ ਪਰਿਵਾਰਾਂ ਦੇ ਲੋਕ ਪਰਲੋਕ ਵਿੱਚ ਪੜਦੇ ਕੱਜ ਨੇ, ਬੇਅੰਤ ਮਾਰ ਅਰਦਾਸ ਹੋਈ ਹੈ ਜਿਨ੍ਹਾਂ ਖਜ਼ਾਨੇ ਜੋ ਮਾਈ ਸੋ ਖਜ਼ਾਨੇ ਮਾਲੋਮਾਲ ਕਰਨੇ। ਗੁਰਮੁਖ ਪਰਿਵਾਰਾਂ ਵੱਲੋਂ ਦਸਾਂ ਨੌਵਾਂ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਇਸ ਟਾਈਮ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਅਣਕ ਪ੍ਰਕਾਰ ਭੋਜਨ ਬਹੁਕੀਏ ਬਹੁ ਬਿੰਦ ਮਿਸਟਾਏ, ਕਰੀ ਪਾਲ ਸਲ ਸੋਚ ਪਵਿੱਤਰਾ ਫੁਲਾਓ ਭੋਗ ਹਰ ਰਾਏ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਨ ਦੀ ਆਗਿਆ ਬਖਸ਼ ਕਰਨੇ। ਗੁਰਮੁਖ ਪਰਿਵਾਰਾਂ ਵੱਲੋਂ ਵਸਤਰ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ। ਆਪ ਜੀ ਦੇ ਦਿਲੋਂ ਘਰੋਂ ਨਾਮਦਾਨ ਸਿੱਖੀਦਾਨ ਭਰੋਸਾ ਬਖਸ਼ ਕਰਨਾ, ਨਗਰ ਤੇ ਮੇਰ ਭਰ ਹੱਥ ਰੱਖਣਾ, ਚੜ੍ਹਦਿਆਂ ਕਲਾ ਬਖਸ਼ ਕਰਨੀਆਂ ਸਰਬੱਤ ਸੰਗਤਾਂ ਨੂੰ। ਆਪ ਜੀ ਦੇ ਪਵਿੱਤਰ ਹੁਕਮਨਾਮੇ ਬਖਸ਼ ਕਰੋ, ਹੁਕਮਨਾਮੇ ਦੇ ਚੱਲਣ ਦੀ ਸਮਰੱਥਾ ਬਖਸ਼ ਕਰਨੀ। ਜੀ ਆਨੰਦ ਸਾਹਿਬ ਸਰਨ ਤੁਮਾਰੀ ਸਰਬ ਚਿੰਤ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਸੁਖ ਵੇ ਨਾਮ ਜਿਤਾਵਾ, ਸੁਖ ਪੜਦੇ ਸੁਣਦੇ ਸਭ ਲੈਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾੜੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਸੁਨਿਹਾਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਲਾ ਪੰਜਵਾ, ਤੁਮ ਦਾਤੇ ਠਾਕਰ ਪ੍ਰਤ ਪਾਲਕਾ, ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲ ਹੋ, ਹਮ ਬਾਰਗ ਤੁਮਰੇ ਤਾਰੇ। ਤੁਮ ਦਾਤੇ ਠਾਕਰ ਪ੍ਰਤ ਪਾਲਕਾ, ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ,
ਹਮ ਬਾਰਗ ਤੁਮਰੇ ਧਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤਿਰਵੰਤਰ ਕਨ ਹੀ ਲਹੀਐ ਰਹਾਉ ਕੋਟ ਪ੍ਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵ ਹੋ ਹਮ ਅਗਿਆਨ ਅਲਪ ਮਦ ਥੋਰੀ ਤੁਮ ਆਪਣ ਬਿਰਦਰ ਖਾਵ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣੋ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਅਰਦਾਸ ਰੂਪੀ ਸ਼ਰਧਾਈ ਦੀਆਂ ਭੇਟ ਕਰਨ ਵਾਸਤੇ ਜਿਤਨੇ ਆਏ ਹੋ, ਸੋ ਅਗਲਾ ਜਿਹੜਾ ਸਮਾਂ ਹੈ ਭਾਈ ਸੁਖਵੰਤ ਸਿੰਘ ਜੀ ਇੱਥੇ ਗੁਜਰ ਵਾਲੇ ਉਹ ਆਪ ਜੀ ਨਾਲ ਸਾਂਝਾ ਕਰਨਗੇ। ਦੋ ਚਾਰ ਬੁਲਾਰੇ ਨੇ ਜਿਨ੍ਹਾਂ ਨੇ ਸਰਦਾਰ ਅਰਜਨ ਸਿੰਘ ਜੀ ਸਰਪੰਚ ਉਹਨਾਂ ਦੀ ਜ਼ਿੰਦਗੀ ਬਾਰੇ ਤੋਂ ਥੋੜ੍ਹੇ ਜਿਹੇ ਜੋ ਵਿਚਾਰ ਆਪਣਾ ਸਾਂਝੇ ਕਰਨੇ ਹਨ। ਉਸ ਤੋਂ ਬਾਅਦ ਆਪਾਂ ਪ੍ਰਸ਼ਾਦ ਵਰਤਾਵਾਂਗੇ ਫਿਰ ਸੰਗਤ। ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਛੋਟੇ ਵੀਰ ਸਰਦਾਰ ਰਤਨ ਸਿੰਘ ਜੀ ਸਾਬਕਾ ਸਰਪੰਚ ਜਿਨ੍ਹਾਂ ਦੇ ਮੌਤ ਦੇ ਵਿਛੋੜੇ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਤਿੰਨ ਭਰਾਵਾਂ ਦੇ ਛੋਟੇ ਭਾਈ ਸਰਦਾਰ ਰਤਨ ਸਿੰਘ ਜੀ ਜਿਹੜੇ ਕਿ ਬੜੀ ਥੋੜ੍ਹੀ ਉਮਰ ਦੇ ਵਿੱਚ ਤਕਰੀਬਨ 50 ਸਾਲ ਦੀ ਉਮਰ ਸੀ ਇਸ ਦੇ ਵਿੱਚ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਫਿਰ ਉਹ ਜਦੋਂ ਕਿਸੇ ਦਾ ਭਾਈ ਕਿਸੇ ਦੇ ਨਾਲੋਂ ਵਿਛੜ ਜਾਂਦਾ ਤੇ ਚਲਾ ਜਾਂਦਾ ਉਦੋਂ ਇਨਸਾਨ ਨੂੰ ਪਤਾ ਲੱਗਦਾ ਕਿ ਭਰਾ ਚੀਜ਼ ਕੀ ਹੁੰਦੇ ਆ। ਕਦੇ ਵੀ ਕੋਈ ਕਿਸੇ ਪਰਿਵਾਰ ਤੇ ਮੁਸੀਬਤ ਪੈਂਦੀ ਹੈ ਤੇ ਨਾਲ ਦੇ ਜਿਵੇਂ ਭਾਈ ਵੀ ਹਰੇਕ ਥਾਂ ਤੇ ਖੜਦੇ ਆ ਕਿਉਂਕਿ ਉਹਨਾਂ ਦੇ ਆਪਸੀ ਖੂਨ ਦਾ ਰਿਸ਼ਤਾ ਹੀ ਐਸਾ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਪੀੜ ਪੈਣ ਤੇ ਪਤਾ ਲੱਗਦਾ। ਔਰ ਸਰਦਾਰ ਰਤਨ ਸਿੰਘ ਜੀ ਦਾ ਮੇਰੇ ਨਾਲ ਵੀ ਸੰਨ 93 ਤੋਂ ਲੈ ਕੇ ਵਾਹ ਸੀ ਕਿਉਂਕਿ ਮੈਂ ਜਦੋਂ ਪਹਿਲੀ ਵਾਰੀ ਸੰਨ 93 ਦੇ ਵਿੱਚ ਸਰਪੰਚ ਬਣਿਆ ਤੇ ਸਰਦਾਰ ਰਤਨ ਸਿੰਘ ਜੀ ਨਾਲ ਮੇਰਾ ਮਿਲਾਪ ਹੋਇਆ। ਉਸ ਤੋਂ ਬਾਅਦ ਅਸੀਂ 98 ਦੇ ਵਿੱਚ ਫਿਰ ਇਕੱਠੇ ਸਰਪੰਚ ਬਣੇ ਅਤੇ ਸਾਡਾ ਇੱਕ ਇਸ ਤਰ੍ਹਾਂ ਦਾ ਇਸ ਇਲਾਕੇ ਦੇ ਵਿੱਚ ਪਿਆਰ ਸੀ ਕਿ ਅਸੀਂ 10-12 ਜਣੇ ਇਕੱਠੇ ਸਰਪੰਚ ਸਾਰੇ ਚੱਲਦੇ ਸੀ ਅਤੇ ਜਿਸ ਦਿਨ ਤੋਂ ਸਰਦਾਰ ਰਤਨ ਸਿੰਘ ਜੀ ਨੇ ਆਪਣੇ ਸਿਆਸੀ ਜੀਵਨ ਦੇ ਵਿੱਚ ਸ਼ੁਰੂ ਕੀਤੀ ਉਸ ਦਿਨ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਵੱਡੇ ਵਰਕਰਾਂ ਦੇ ਵਿੱਚ ਉਹਨਾਂ ਦਾ ਨਾਂ ਸੀ ਕਿਉਂਕਿ ਸਰਦਾਰ ਜੋਰਾ ਸਿੰਘ ਜੀ ਮਾਨ
ਅਤੇ ਸਰਦਾਰ ਪਰਮਜੀਤ ਸਿੰਘ ਜੀ ਸੰਧੂ ਜਦੋਂ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਇੱਥੇ ਸ਼ੁਰੂਆਤ ਕੀਤੀ ਤੇ ਉਸ ਦਿਨ ਤੋਂ ਉਹਨਾਂ ਦਾ ਅਜਿਹਾ ਪ੍ਰੇਮ ਉਹਨਾਂ ਦੇ ਨਾਲ ਪਿਆ ਤੇ ਅੱਜ ਤੱਕ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਜੂਝਦੇ ਹੋਏ ਅਤੇ ਉਸੇ ਪਾਰਟੀ ਦੇ ਵਿੱਚ ਰਹਿ ਕੇ ਆਪਣਾ ਵਰਕ ਕਰਦੇ ਹੋਏ ਅੱਜ ਸਾਰਿਆਂ ਨੂੰ ਦਿੱਲੀ ਵਿਛੋੜਾ ਦੇ ਕੇ ਗਏ ਹੈ। ਵੀਰੋ, ਅੱਜ ਕੱਲ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਕੋਈ ਇਨਸਾਨ ਐਸਾ ਹੁੰਦਾ ਜਿਸ ਨੇ ਕਿ ਆਪਦੀ ਸਾਰੀ ਉਮਰ ਜਦੋਂ ਪਾਰਟੀ ਦੇ ਵਿੱਚ ਰਿਹਾ ਅਤੇ ਆਪਣੀ ਮੌਤ ਤੱਕ ਅਖੀਰਲੇ ਸਾਹਾਂ ਤੱਕ ਇੱਕ ਪਾਰਟੀ ਦੇ ਵਿੱਚ ਰਿਹਾ। ਇਹ ਇਨਸਾਨ ਆ ਜਿਹੜੇ ਅੱਜ ਕੱਲ ਬਹੁਤ ਘੱਟ ਮਿਲਦੇ ਹੈ ਅਤੇ ਅੱਜ ਆਪਾਂ ਸਾਰੇ ਉਹ ਸਰਪੰਚ ਸਾਹਿਬ ਦੀ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਸ਼ਰਧਾ ਦੇ ਫੁੱਲ ਤਾਂ ਵੀਰੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੁੰਦੀ ਹੈ ਜਿਹੜੀ ਆਪਾਂ ਸਾਰਿਆਂ ਨੇ ਕੀਤੀ ਹੈ ਤੇ ਅੱਜ ਇਸ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਲਾਕੇ ਭਰ ਤੋਂ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ। ਜੋ ਪਰਿਵਾਰ ਵੱਲੋਂ ਹੁਕਮ ਹੋਇਆ ਕਿ ਇੱਕ ਬੁਲਾਰੇ ਨੂੰ ਇੱਥੇ ਬੁਲਾਇਆ ਜਾਊਗਾ ਅਤੇ ਜਿਹੜੇ ਬੁਲਾਰਿਆਂ ਨੇ ਇੱਥੇ ਹਾਜ਼ਰੀ ਲਵਾਈ ਹੈ ਮੈਂ ਉਹਨਾਂ ਤੋਂ ਮਾਫ਼ੀ ਚਾਹੂੰਗਾ ਅਤੇ ਉਹਨਾਂ ਦੇ ਸਿਰਫ ਇਕੱਲੇ ਨਾਂ ਹੀ ਬੋਲੇ ਜਾਣਗੇ ਜਿਨ੍ਹਾਂ ਦੇ ਵਿੱਚ ਸਰਦਾਰ ਪ੍ਰੀਤਮ ਸਿੰਘ ਜੀ ਬਾਠ, ਜਿਹੜਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਲਾਲ ਸਿੰਘ ਜੀ ਵਾਈਸ ਚੇਅਰਮੈਨ ਬਲਾਕ ਸੰਮਤੀ ਕੋਆਪਰੇਟਿਵ ਬੈਂਕ, ਇਕਬਾਲ ਸਿੰਘ ਜੀ ਸਰਪੰਚ ਚੌਕ ਮੋੜੇ, ਜਰਨੈਲ ਸਿੰਘ ਜੀ ਮੈਂਬਰ ਬਲਾਕ ਸੰਮਤੀ, ਸੁੱਚਾ ਸਿੰਘ ਜੀ ਚੰਗਾਲੀ ਸਰਪੰਚ, ਚੰਦ ਸਿੰਘ ਜੀ ਐਮ ਸੀ ਗੁਰੂ ਅਰਸਾਏ, ਹਜ਼ਾਰਾ ਸਿੰਘ ਜੀ ਸਰਪੰਚ ਲੋਹੜਾ ਨਵਾਬ, ਬਾਬਾ ਦਰਸ਼ਨ ਸਿੰਘ ਜੀ ਭੋਰੇ ਵਾਲੇ ਕਰੀ ਕਲਾਂ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਰਿਵਾਰ ਦੇ ਨਾਲ ਸ਼ਰੀਕ ਹੋਣ ਵਾਸਤੇ ਆਏ ਹੈ। ਬਲਰਾਜ ਸਿੰਘ ਜੀ ਚੌਕ ਮੋੜੇ, ਮੌੜ ਸਿੰਘ ਜੀ ਸਰਪੰਚ ਚੂੜ ਖਾਚੀਆਂ, ਰਾਜ ਸਿੰਘ ਜੀ ਬਾਠ ਮੈਂਬਰ ਬਲਾਕ ਸੰਮਤੀ ਜੀਰੇ ਤੋਂ, ਰਣਜੀਤ ਸਿੰਘ ਜੀ ਸਰਪੰਚ ਚੱਕ ਸਾਧੂਵਾਲਾ, ਗੁਰਮੀਤ ਸਿੰਘ ਜੀ ਨੰਬਰਦਾਰ ਚੌਕ ਮੋੜੇ, ਗੁਰਦਿਆਲ ਸਿੰਘ ਜੀ ਐਸ ਡੀ ਓ ਸਾਹਿਬ, ਨਛੱਤਰ ਸਿੰਘ ਜੀ ਸਰਪੰਚ ਸਾਹਿਬ ਚੌਕ ਸਾਹਿਬ ਸਿੰਘ, ਇਹਨਾਂ ਸਾਰੇ ਵੀਰਾਂ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ, ਇਹਨਾਂ ਦਾ ਇੱਥੇ ਪਹੁੰਚਣ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਇਹਨਾਂ ਸਾਰਿਆਂ ਤੋਂ ਮਾਫ਼ੀ ਚਾਹੁੰਦਾ ਕਿ ਅਸੀਂ ਇਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦੇ ਸਕੇ। ਅਤੇ ਪਰਿਵਾਰ ਵੱਲੋਂ 1,00,000 ਰੁਪਏ ਦੀ ਸੇਵਾ ਜਿਹੜੀ ਗੁਰਦੁਆਰਾ ਸਾਹਿਬ ਵਾਸਤੇ ਰਤਨ ਸਿੰਘ ਦੀ ਯਾਦ ਦੇ ਵਿੱਚ ਕੀਤੀ ਜਾਣੀ ਹੈ, ਉਹ ਜਿੱਥੇ ਇਹਨਾਂ ਨੂੰ ਪਿੰਡ ਦੇ ਸਾਰੇ ਸੱਜਣ ਰਲ ਮਿਲ ਕੇ ਕਹਿਣਗੇ ਵੀ ਇਸ ਜਗ੍ਹਾ ਤੇ ਤੁਸੀਂ ਗੁਰਦੁਆਰਾ ਸਾਹਿਬ ਵਾਸਤੇ 1,00,000 ਰੁਪਇਆ ਲਾ ਦਿਓ, ਉਹ 1,00,000 ਰੁਪਇਆ ਪਰਿਵਾਰ ਵੱਲੋਂ ਲਾਉਣ ਦਾ ਪ੍ਰਣ ਕੀਤਾ ਗਿਆ। ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਚਾਰ ਸਰਦਾਰ ਬਲਦੇਵ ਸਿੰਘ ਜੀ ਮਾਨ, ਜਿਨ੍ਹਾਂ ਦੇ ਪਰਿਵਾਰ ਦੇ ਨਾਲ ਸਰਦਾਰ ਰਤਨ ਸਿੰਘ ਜੀ ਦਾ ਬਹੁਤ ਨੇੜਲਾ ਸੰਬੰਧ ਸੀ, ਉਹ ਉਸ ਦਿਨ ਸਤਿਕਾਰ ਵਾਲੇ ਦਿਨ ਵੀ ਸਰਕਾਰ ਤੇ ਪਹੁੰਚੇ ਸੀ ਤੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹੈ। ਮੈਂ ਬੇਨਤੀ ਕਰੂੰਗਾ ਕਿ ਉਹ ਪਰਿਵਾਰ ਨਾਲ ਦੁੱਖ ਵੰਡਾਉਣਗੇ। ਸਰਦਾਰ ਬਲਦੇਵ ਸਿੰਘ ਜੀ ਮਾਨ, ਹਲਕਾ ਚਾਰ ਗੁਰੂ ਸਾਹਿਬ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰੂ ਰੂਪੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਰੰਗਲੇ ਸੱਜਣ ਸਾਹ ਰਤਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ। ਗੁਰੂ ਸਾਹਿਬ ਦਾ ਪ੍ਰਮਾਣ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਦੇ ਮਾਂ ਵਾਕ ਅਨੁਸਾਰ ਸਾਹ ਰਤਨ ਸਿੰਘ ਆਪਦੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਕੁਛ ਦਿਨ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਗਏ। ਮੈਥੋਂ ਪਹਿਲਾਂ ਬੋਲਦਿਆਂ ਤੇ ਗੁੱਜਰ ਸਾਹਿਬ ਨੇ ਦੱਸਿਆ ਕਿ ਸਾਹ ਰਤਨ ਸਿੰਘ ਕਿਸ ਤਰ੍ਹਾਂ ਦੇ ਇਨਸਾਨ ਸੀ। ਜੋ ਵੀ ਇਨਸਾਨ ਇਸ ਦੁਨੀਆਂ ਤੇ ਆਉਂਦਾ ਉਹਦੀ ਮੌਤ ਦਾ ਦਿਨ ਨਿਸ਼ਚਿਤ ਹੁੰਦਾ, ਪਰ ਇਨਸਾਨ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਚਰਦਾ ਉਹਦਾ ਲੇਖਾ ਜੋਖਾ ਜਿਹੜਾ ਬਾਅਦ ਚ ਹੁੰਦਾ, ਬਾਅਦ ਚ ਉਹਦਾ ਪਤਾ ਲੱਗਦਾ ਕਿ ਉਹ ਕਿਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਚਰ ਕੇ ਗਿਆ। ਸਰ ਰਤਨ ਸਿੰਘ ਨੇ ਜਿੱਥੇ ਬਤੌਰ ਸਰਪੰਚ ਪਿੰਡ ਦੀ ਸੇਵਾ ਕੀਤੀ ਹੈ ਉੱਥੇ ਉਹਨਾਂ ਨੇ ਧੜੱਲੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਸੇਵਾ ਕੀਤੀ ਹੈ। ਅੱਜ ਕੱਲ ਦਾ ਜ਼ਮਾਨਾ ਜਿਹੜਾ ਇਸ ਤਰ੍ਹਾਂ ਦਾ ਕਿ ਹਰੇਕ ਵਰਕਰ ਨੂੰ ਹਰੇਕ ਨੂੰ ਲਾਲਸਾ ਹੁੰਦੀ ਹੈ ਕਿ ਜਦੋਂ ਵੀ ਮੈਂ ਕਿਤੇ ਜਾਂਦਾ ਸੇਵਾ ਕਰਦਾ ਤੇ ਮੈਨੂੰ ਕੁਛ ਨਾ ਕੁਛ ਉਹਦਾ ਫਲ ਮਿਲੇ। ਪਰ ਰਤਨ ਸਿੰਘ ਐਸਾ ਇਨਸਾਨ ਸੀ, ਐਸਾ ਪਾਰਟੀ ਦਾ ਵਫ਼ਾਦਾਰ ਸਿਪਾਹੀ ਸੀ, ਉਹਨਾਂ ਨੇ ਕਦੇ ਕਿਸੇ ਗੱਲ ਦੀ ਡਿਮਾਂਡ ਨਹੀਂ ਰੱਖੀ ਸੀ ਔਰ ਪਾਰਟੀ ਦੀ ਹਰੇਕ ਲੜਾਈ ਅੱਗੇ ਹੋ ਕੇ ਲੜਦੇ ਸੀ। ਚਾਹੇ ਮੇਰੇ ਸਵਰਗਵਾਸੀ ਪਿਤਾ ਇੱਥੋਂ ਇਲੈਕਸ਼ਨ ਲੜਦੇ ਰਹੇ ਹੈ, ਚਾਹੇ ਮੈਂ ਇਲੈਕਸ਼ਨ ਲੜਿਆ, ਸਰ ਰਤਨ ਸਿੰਘ ਨੇ ਮੋਢੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਾਡੇ ਪਰਿਵਾਰ ਦੀ ਸੇਵਾ ਕੀਤੀ ਹੈ। ਅੱਜ ਦਾ ਜਿਹੜਾ ਇਕੱਠ ਹੈ ਇਹ ਦੱਸ ਰਿਹਾ ਹੈ ਕਿ ਉਹਨਾਂ ਦਾ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਪਿਆਰ ਸੀ, ਜਿੱਥੇ ਉਹਨਾਂ ਦੇ ਜਾਣ ਨਾਲ ਅੱਜ ਪਰਿਵਾਰ ਨੂੰ ਸਕੇ ਸੰਬੰਧੀਆਂ ਨੂੰ ਘਾਟਾ ਪਿਆ, ਸ਼੍ਰੋਮਣੀ ਅਕਾਲੀ ਦਲ ਨੂੰ ਘਾਟਾ ਪਿਆ। ਉੱਥੇ ਮੈਂ ਜਾਤੀ ਤੌਰ ਤੇ ਸਮਝਦਾ ਹੈ ਕਿ ਮਾਨ ਪਰਿਵਾਰ ਨੂੰ, ਸਾਡੇ ਪਰਿਵਾਰ ਨੂੰ ਵੀ ਇਹੋ ਜਿਹੇ ਜੁਝਾਰੂ ਵਰਕਰ ਦਾ, ਵਫ਼ਾਦਾਰ ਵਰਕਰ ਦਾ ਜਾਣ ਦਾ ਬਹੁਤ ਵੱਡਾ ਘਾਟਾ ਪਿਆ। ਪਰ ਚਾਰਾ ਨੀ ਕੋਈ, ਪ੍ਰਮਾਤਮਾ ਅੱਗੇ ਜ਼ੋਰ ਨੀ ਗਾ ਕੋਈ ਚੱਲਦਾ ਗਾ। ਸੋ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ, ਬੇਨਤੀ ਕੀਤੀ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਮੈਂ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਉੱਥੇ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਸਾਡੇ ਰੰਗਲੇ ਸੱਜਣ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਹੈ ਜਿਹੜਾ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਨਾਲ ਹੀ ਇਸੇ ਤਰ੍ਹਾਂ ਦਾ ਬਲ ਬਖਸ਼ੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਹ ਸੇਵਾ ਕਰਦੇ ਰਹਿਣ। ਇਲਾਕੇ ਦੇ ਵਿੱਚ ਜਿਹੜਾ ਪਿਆਰ ਸਰ ਰਤਨ ਸਿੰਘ ਨੇ ਬਣਾਇਆ ਉਸ ਪਿਆਰ ਨੂੰ ਹੋਰ ਵੀ ਅੱਗੇ ਵਧਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਜੀ, ਤੁਸੀਂ ਸਰਦਾਰ ਬਲਦੇਵ ਸਿੰਘ ਜੀ ਮਾਨ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਦੇ ਵਿਚਾਰ ਸੁਣੇ ਅਤੇ ਹੁਣ ਪਰਿਵਾਰ ਬਣਿਆ ਸਰਦਾਰ ਰਤਨ ਸਿੰਘ ਜੀ ਦੇ ਦੋਹਾਂ ਹੀ ਸਪੁੱਤਰਾਂ ਗੁਰਪ੍ਰੀਤ ਸਿੰਘ ਤੇ ਅਮਨਪ੍ਰੀਤ ਸਿੰਘ ਵੱਲੋਂ
ਸਾਰੀ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਤੇ ਉਹਨਾਂ ਵੱਲੋਂ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਕਾ ਲੰਗਰ ਹੈ ਜਿਹੜਾ ਉਹ ਚੱਲ ਰਿਹਾ, ਜਿਹੜੀ ਸੰਗਤ ਨੇ ਲੰਗਰ ਛਕ ਲਿਆ ਤਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਜਿਹੜੀ ਸੰਗਤ ਨੇ ਨਹੀਂ ਛਕਿਆ ਸਾਰੀ ਸੰਗਤ ਗੁਰੂ ਕਾ ਲੰਗਰ ਛਕੇ ਤੋਂ ਬਿਨਾਂ ਨਾ ਜਾਏ। ਇੰਨਾ ਕੁਛ ਕਹਿੰਦਾ ਹੋਇਆ ਖਿਮਦਾ ਜਾ ਜਿੱਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਆਓ ਗੁਰੂ ਦੀ ਪਾਵਨ ਗੋਦ ਵਿੱਚ ਦਸਤਾਰ ਬੰਦੀ ਹੋਈ ਹੈ, ਸਰਦਾ ਤਾਜ ਹੋਏ ਸਰੀਰ ਨੂੰ ਦਸਤਾਰ ਬੰਦੀ ਹੁੰਦੇ ਨੇ ਸਰਦਾ ਤਾਜ। ਆਓ ਗੁਰੂ ਦੀ ਬਖਸ਼, ਗੁਰੂ ਦੀ ਰਹਿਮਤ, ਨਾਮ ਦੇ ਰਿਸ਼ਤੇ, ਗਰੀਬਾਂ ਦੇ ਹਾਮੀ। ਗੁਰੂ ਪਿਆਰਿਓ, ਕਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਇਹ ਹਰ ਇੱਕ ਇਨਸਾਨ ਦੇ ਹਿੱਸੇ ਵਿੱਚ ਨਹੀਂ ਆਉਂਦੀ, ਇਹ ਹਰ ਇੱਕ ਇਨਸਾਨ ਇਹ ਕੰਮ ਨਿਕਾਂ ਕਹਿੰਦੀਆਂ ਨੇ। ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ, ਮਾਰਾਂ ਹਰ ਜਗ੍ਹਾ ਉਸ ਨੂੰ ਪੈਂਦੀਆਂ ਨੇ, ਸੁੱਕੇ ਟਿੱਬੇ ਨੂੰ ਚਾੜਦਾ ਕੋਈ ਪਾਣੀ, ਲਹਿਰਾਂ ਸਦਾ ਕੇ ਸਰਪੰਚ ਸਾਹਿਬ ਦਾ ਪ੍ਰੇਮ ਇਹਨਾਂ ਗੁਰੂ ਪਿਆਰਿਆਂ ਨਾਲ, ਇਲਾਕੇ ਨਾਲ, ਮਿੱਠ ਬੋਲੜਿਆਂ ਨਾਲ, ਲੀਡਰਾਂ ਨਾਲ ਇੰਨਾ ਸੀ। ਇਹ ਪ੍ਰੇਮ ਦੇ ਸਦਕਾ ਕਿ ਘਾਟਾ ਪਿਆ, ਜਦੋਂ ਕੋਈ ਪਿਆਰਾ ਮਰਦਾ ਹੈ ਉਦੋਂ ਘਾਟਾ ਪੈਂਦਾ ਹੈ, ਕਿਉਂ ਸੱਚਾਈ ਹੁੰਦੀ ਹੈ।